ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ, ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ। ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ, ਬਹੁਤ ਬਹੁਤ ਸਵਾਗਤ ਹੈ ਡੱਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ। ਡੱਲਾ ਜੀ, ਕਿਸਾਨ ਅੰਦੋਲਨ ਦੇ ਦੌਰਾਨ ਸੁਨੀਲ ਜਾਖੜ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਨੇ, ਹੁਣ ਬੀਜੇਪੀ ਦੇ ਪ੍ਰਧਾਨ ਨੇ। ਪਰ ਜੇ ਅਸੀਂ ਪਿਛਲੇ ਵਾਰ ਦੀ ਗੱਲ ਕਰੀਏ, ਪਿਛਲੇ ਕਿਸਾਨ ਅੰਦੋਲਨ ਦੇ ਦੌਰਾਨ ਖੂਬ ਵਰੇ ਸੀ ਉਹ ਬੀਜੇਪੀ ਦੇ ਉੱਪਰ, ਪਰ ਜੇਕਰ ਇਸ ਵਾਰ ਦੀ ਗੱਲ ਕਰੀਏ ਬੀਜੇਪੀ ਦੇ ਪ੍ਰਧਾਨ ਨੇ, ਤੇ ਇਸ ਵਾਰ ਕਿਸਾਨ ਅੰਦੋਲਨ ਦੇ ਉੱਪਰ ਪੂਰੀ ਤਰ੍ਹਾਂ ਨਾਲ ਚੁੱਪ ਨਜ਼ਰ ਆ ਰਹੇ ਨੇ। ਆਮ ਆਦਮੀ ਪਾਰਟੀ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਅਤੇ ਸਵਾਲ ਚੱਕੇ ਨੇ ਕਿ ਸੁਨੀਲ ਜਾਖੜ ਕਿਤੇ ਨੇ, ਸਿਰਫ ਆਮ ਆਦਮੀ ਪਾਰਟੀ ਨੇ ਹੀ। ਕਾਂਗਰਸ ਵੱਲੋਂ ਰਾਜਾ ਵੜਿੰਗ ਨੇ ਵੀ ਇੱਕ ਟਵੀਟ ਕੀਤਾ ਖਾਸ ਤੌਰ 'ਤੇ ਸੁਨੀਲ ਜਾਖੜ ਦੇ ਉੱਪਰ, ਅਤੇ ਉਹਨਾਂ ਨੇ ਕਿਹਾ ਤੁਸੀਂ ਕਿੱਥੇ ਹੋ। ਅਤੇ ਤੁਸੀਂ ਹੁਣ ਕੀ ਕਹਿਣਾ ਚਾਹੋਗੇ ਸੁਨੀਲ ਜਾਖੜ ਦੀ ਇਸ ਜਿਹੜੀ ਭੂਮਿਕਾ ਜਾਂ ਜਿਸ ਤਰ੍ਹਾਂ ਦੇ ਸਵਾਲ ਆਮ ਆਦਮੀ ਪਾਰਟੀ ਵੱਲੋਂ ਅਤੇ ਕਾਂਗਰਸ ਪਾਰਟੀ ਵੱਲੋਂ ਚੱਕਿਆ ਗਿਆ, ਤੁਸੀਂ ਕੀ ਕਹੋਗੇ? ਹਰਜੋਤ ਜੀ, ਬਹੁਤ ਅਹਿਮ ਤੁਸੀਂ ਸਵਾਲ ਸੁਨੀਲ ਜਾਖੜ ਉਹਨਾਂ ਦਾ ਕੀਤਾ, ਔਰ ਮੈਂ ਵੇਖ ਰਿਹਾ ਸੀ ਕਿ ਇਸ ਵਾਰ ਕਿਸਾਨ ਅੰਦੋਲਨ ਦੇ ਵਿੱਚ ਸੁਨੀਲ ਜਾਖੜ ਉਹਨਾਂ ਦੀ ਭੂਮਿਕਾ ਉਸ ਤਰ੍ਹਾਂ ਦੀ ਨਹੀਂ ਹੈ ਜਿਸ ਤਰ੍ਹਾਂ ਉਹਨਾਂ ਨੇ ਸਰਗਰਮ ਭੂਮਿਕਾ ਅਦਾ ਕੀਤੀ ਸੀ ਪਿਛਲੀ ਵਾਰ ਕਿਸਾਨ ਅੰਦੋਲਨ ਵੇਲੇ। ਉਸ ਵੇਲੇ ਸੁਨੀਲ ਜਾਖੜ ਉਹਨਾਂ ਨੇ ਕਈ ਵਾਰੀ ਪ੍ਰੈਸ ਦੇ ਵਿੱਚ ਬਿਆਨ ਦਿੱਤੇ, ਕਿਸਾਨਾਂ ਦੇ ਹੱਕ ਦੇ ਵਿੱਚ ਡਟੇ ਰਹੇ, ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕੀਤਾ। ਉਸ ਵੇਲੇ ਕੇਂਦਰ ਸਰਕਾਰ 'ਤੇ ਤਿੱਖੇ ਸਿਆਸੀ ਹਮਲੇ ਕੀਤੇ, ਔਰ ਕਿਸਾਨਾਂ ਦੇ ਲਈ ਆਪ ਕਿਸਾਨ ਹੋਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਮੈਂ ਖੁਦ ਕਿਸਾਨ ਹਾਂ ਅਤੇ ਮੈਂ ਕਿਸਾਨਾਂ ਦੀਆਂ ਦਿੱਕਤਾਂ ਮਜਬੂਰੀਆਂ ਸਮਝਦਾ। ਸੁਨੀਲ ਜਾਖੜ ਸਾਹਿਬ ਖੁਦ ਕਿਸਾਨ ਨੇ, ਪਰ ਇਸ ਵਾਰ ਸੁਨੀਲ ਜਾਖੜ ਉਹਨਾਂ ਦੀ ਸਰਗਰਮੀ ਕਿਸਾਨ ਅੰਦੋਲਨ ਦੇ ਵਿੱਚ ਬਹੁਤੀ ਜ਼ਿਆਦਾ ਨਹੀਂ ਦਿਖੀ, ਮੈਂ ਕਹੂੰਗਾ ਬਿਲਕੁਲ ਵੀ ਨਹੀਂ ਦਿਖੀ। ਔਰ ਇਸੇ ਗੱਲ ਨੂੰ ਲੈ ਕੇ ਸੁਨੀਲ ਜਾਖੜ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਨੇ। ਉਂਝ ਅਗਰ ਮੈਂ ਸੁਨੀਲ ਜਾਖੜ ਉਹਨਾਂ ਦੀ ਗੱਲ ਕਰਾਂ ਤਾਂ ਪੰਜਾਬ ਦੀ ਸਿਆਸਤ ਦੇ ਹਰ ਮੁੱਦੇ ਦੇ ਵਿੱਚ ਉਹ ਸਰਗਰਮ ਰਹਿੰਦੇ ਨੇ। ਜਦੋਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਡਿਬੇਟ ਦੀ ਗੱਲ ਕੀਤੀ ਅਤੇ ਪ੍ਰੋਫੈਸਰ ਨਿਰਮਲ ਜੋੜਾ ਨੂੰ ਹੋਸਟ ਨਿਯੁਕਤ ਕੀਤਾ ਡਿਬੇਟ ਦਾ, ਅਤੇ ਸੁਨੀਲ ਜਾਖੜ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਅਤੇ ਕਈ ਵੱਡੇ ਇਲਜ਼ਾਮ ਲਾ ਦਿੱਤੇ। ਸੁਨੀਲ ਜਾਖੜ ਉਹਨਾਂ ਲਈ ਨਿਰਮਲ ਜੋੜਾ ਬਹੁਤ ਵੱਡਾ ਮੁੱਦਾ ਬਣ ਗਏ ਸੀ, ਜਦਕਿ ਉਹ ਡਿਬੇਟ 'ਚ ਸਿਰਫ ਉਹਨਾਂ ਨੇ ਹੋਸਟ ਦੀ ਭੂਮਿਕਾ ਨਿਭਾਉਣੀ ਸੀ। ਅਤੇ ਹੁਣ ਜਦੋਂ ਪੰਜਾਬ ਦੇ ਕਿਸਾਨ ਸ਼ੰਭੂ ਬਾਰਡਰ 'ਤੇ ਰੋਕੇ ਗਏ ਨੇ, ਜਦੋਂ 100 ਦੇ ਕਰੀਬ ਕਿਸਾਨ ਜ਼ਖਮੀ ਨੇ, ਕੱਲ੍ਹ ਇੱਕ ਕਿਸਾਨ ਦੁਨੀਆ ਤੋਂ ਚਲਿਆ ਗਿਆ, ਹਰਿਆਣਾ ਅਤੇ ਪੰਜਾਬ ਦੇ ਵਿੱਚ ਸਵਾਲ ਖੜ੍ਹੇ ਕੀਤੇ ਜਾ ਰਹੇ ਨੇ ਪੰਜਾਬ ਦੇ ਅਧਿਕਾਰੀਆਂ ਵੱਲੋਂ ਹਰਿਆਣਾ ਦੇ ਅਧਿਕਾਰੀਆਂ 'ਤੇ, ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹਰਿਆਣਾ ਦੀ ਸਰਕਾਰ 'ਤੇ, ਔਰ ਪੰਜਾਬ ਦੀਆਂ ਸਾਰੀਆਂ ਵਿਰੋਧੀ ਧਿਰਾਂ ਵੱਲੋਂ ਹਰਿਆਣਾ ਦੀ ਸਰਕਾਰ 'ਤੇ। ਅਤੇ ਸੁਨੀਲ ਜਾਖੜ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ, ਕੋਈ ਪ੍ਰੈਸ ਕਾਨਫਰੰਸ ਨਹੀਂ ਆਈ ਕਿ ਉਹ ਕੀ ਰਾਏ ਰੱਖਣਗੇ। ਇਹਦੇ ਦੋ ਤਰੀਕੇ ਨਾਲ ਹਰਜੋਤ ਜੀ ਮੈਂ ਸੁਨੀਲ ਜਾਖੜ ਉਹਨਾਂ ਦੀ ਭੂਮਿਕਾ ਨੂੰ ਦੇਖਦਾ। ਇੱਕ ਤਾਂ ਇਹ ਕਿ ਸੁਨੀਲ ਜਾਖੜ ਉਹਨਾਂ ਨੂੰ ਰੋਕ ਦਿੱਤਾ ਗਿਆ ਭਾਰਤੀ ਜਨਤਾ ਪਾਰਟੀ ਵੱਲੋਂ ਕਿ ਤੁਸੀਂ ਕਿਸਾਨਾਂ ਦੇ ਮਸਲੇ 'ਤੇ ਕੋਈ ਪ੍ਰੈਸ ਕਾਨਫਰੰਸ ਨਹੀਂ ਕਰਨੀ ਕਿਉਂਕਿ ਤੁਸੀਂ ਉਹਨਾਂ ਦਾ ਸਮਰਥਨ ਕਰਦੇ ਰਹੇ ਹੋ, ਜਾਂ ਸੁਨੀਲ ਜਾਖੜ ਖੁਦ ਦੁਚਿੱਤੀ 'ਚ ਨੇ ਕਿ ਹੁਣ ਮੈਂ ਉਸ ਪਾਰਟੀ 'ਚ ਹਾਂ ਜਿਹੜੀ ਪਾਰਟੀ ਕਿਸਾਨ ਅੰਦੋਲਨ ਦਾ ਵਿਰੋਧ ਕਰ ਰਹੀ ਹੈ। ਸੁਨੀਲ ਜਾਖੜ ਇਸ ਗੱਲ ਕਰਕੇ ਵੀ ਚੁੱਪ ਹੋ ਸਕਦੇ ਨੇ ਕਿ ਉਹਨਾਂ ਨੂੰ ਸੱਦਿਆ ਨਹੀਂ ਜਾ ਰਿਹਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਜਿਹੜੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ। ਦੇਖੋ, ਪੰਜਾਬ ਭਾਜਪਾ ਦੇ ਪ੍ਰਧਾਨ ਨੇ ਸੁਨੀਲ ਜਾਖੜ, ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਲੈ ਕੇ ਜਾ ਰਹੇ ਨੇ,
ਪੰਜਾਬ 'ਚ ਬੀਜੇਪੀ ਦੀਆਂ ਸਾਰੀਆਂ ਨੀਤੀਆਂ 'ਤੇ ਉਹ ਬਹੁਤ ਸਰਗਰਮ ਨੇ। ਭਾਵੇਂ ਪੰਜਾਬ ਦੇ ਗਵਰਨਰ ਦਾ ਮਸਲਾ ਹੋਵੇ, ਉਹਨਾਂ ਦਾ ਟਵੀਟ ਆਉਂਦਾ। ਭਾਵੇਂ ਨਵਜੋਤ ਸਿੰਘ ਸਿੱਧੂ ਬਾਰੇ ਕੋਈ ਮਸਲਾ ਹੋਵੇ, ਉਹਨਾਂ ਦਾ ਟਵੀਟ ਆਉਂਦਾ। ਭਾਵੇਂ ਭਗਵੰਤ ਮਾਨ ਹੋਣ, ਭਾਵੇਂ ਸੁਖਬੀਰ ਬਾਦਲ ਬਾਰੇ, ਹਰ ਪੰਜਾਬ ਦੇ ਭਖਵੇਂ ਮੁੱਦੇ 'ਤੇ ਸੁਨੀਲ ਜਾਖੜ ਆਪਣੀ ਟਿੱਪਣੀ ਦਿੰਦੇ ਨੇ, ਪਰ ਕਿਸਾਨਾਂ ਦੇ ਮਸਲੇ 'ਤੇ ਕੋਈ ਪ੍ਰੈਸ ਕਾਨਫਰੰਸ ਨਹੀਂ ਪਿਛਲੇ 2-3 ਦਿਨਾਂ ਤੋਂ। ਹੁਣ ਇਹ ਵੀ ਇੱਕ ਸਵਾਲ ਬਹੁਤ ਵੱਡਾ ਹੈ ਕਿ ਭਾਰਤੀ ਜਨਤਾ ਪਾਰਟੀ ਜਦੋਂ ਮੀਟਿੰਗ ਕਰ ਰਹੀ ਹੈ ਮੰਤਰੀਆਂ ਦੇ ਨਾਲ, ਸਰਕਾਰ, ਪੰਜਾਬ ਦੇ ਮੁੱਖ ਮੰਤਰੀ ਵੀ ਉਸ ਮੀਟਿੰਗ 'ਚ ਬੈਠਦੇ ਨੇ, ਪੰਜਾਬ ਦੇ ਕਿਸਾਨ ਤਾਂ ਬੈਠਦੇ ਹੀ ਨੇ, ਪੰਜਾਬ ਦੇ ਮੰਤਰੀ ਵੀ ਬੈਠਦੇ ਨੇ ਮੁੱਖ ਮੰਤਰੀ ਨਾਲ, ਬੀਜੇਪੀ ਦੇ 3 ਮੰਤਰੀ ਬੈਠੇ ਹੁੰਦੇ ਨੇ, ਅਤੇ ਉਹ ਸੂਬਾ ਜਿੱਥੋਂ ਦੇ ਕਿਸਾਨ ਅੰਦੋਲਨ ਕਰ ਰਹੇ ਨੇ, ਉਸ ਸੂਬੇ ਦਾ ਬੀਜੇਪੀ ਦਾ ਪ੍ਰਧਾਨ ਉਸ ਮੀਟਿੰਗ 'ਚ ਕਿਉਂ ਨਹੀਂ? ਕਿ ਸੁਨੀਲ ਜਾਖੜ ਇਸ ਕਰਕੇ ਵੀ ਚੁੱਪ ਹੋ ਸਕਦੇ ਨੇ ਕਿ ਉਹਨਾਂ ਨੂੰ ਸੱਦਿਆ ਨਹੀਂ ਜਾ ਰਿਹਾ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਇਹਨਾਂ ਮੀਟਿੰਗਾਂ ਦੇ ਵਿੱਚ? ਮੈਨੂੰ ਯਾਦ ਹੈ ਹਰਜੋਤ ਜੀ, ਜਦੋਂ ਅਸ਼ਵਨੀ ਸ਼ਰਮਾ ਪ੍ਰਧਾਨ ਸੀ, ਜਦੋਂ ਪਿਛਲੀ ਵਾਰੀ ਕਿਸਾਨ ਅੰਦੋਲਨ ਸੀ ਅਤੇ ਅਸ਼ਵਨੀ ਸ਼ਰਮਾ ਖੂਬ ਸਰਗਰਮ ਸੀ, ਭਾਵੇਂ ਇੱਕ ਵਾਰੀ ਇੱਕ ਟੋਲ 'ਤੇ ਉਹਨਾਂ 'ਤੇ ਹਮਲਾ ਹੋਣ ਦੀ ਗੱਲ ਵੀ ਆਈ ਸੀ ਉਹਨਾਂ ਦੀ ਗੱਡੀ 'ਤੇ, ਪਰ ਉਹ ਲਗਾਤਾਰ ਸਰਗਰਮ ਰਹੇ। ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਮੁਤਾਬਕ ਉਹਨਾਂ ਦੀ ਸਰਗਰਮੀ ਕਿਸਾਨ ਅੰਦੋਲਨ ਵਿੱਚ ਵੀ ਦਿਖੀ, ਭਾਵੇਂ ਉਦੋਂ ਹਰਜੀਤ ਗਰੇਵਾਲ ਸੀ, ਭਾਵੇਂ ਸੁਰਜੀਤ ਜਿਆਣੀ ਸੀ, ਭਾਵੇਂ ਅਸ਼ਵਨੀ ਸ਼ਰਮਾ ਸੀ। ਬੀਜੇਪੀ ਦੇ ਇਹ ਸਾਰੇ ਲੀਡਰ ਬਹੁਤ ਸਰਗਰਮ ਦਿਖੇ, ਅਤੇ ਅਸ਼ਵਨੀ ਸ਼ਰਮਾ ਦੀ ਤਰ੍ਹਾਂ ਸੁਨੀਲ ਜਾਖੜ ਦੀ ਸਰਗਰਮੀ ਕਿਸਾਨ ਅੰਦੋਲਨ ਨਾਲ ਸੰਬੰਧਿਤ ਕਿਉਂ ਨਹੀਂ ਨਜ਼ਰ ਆਉਂਦੀ? ਇਹ ਸਵਾਲ ਤਾਂ ਬਹੁਤ ਵੱਡਾ। ਇਸੇ ਕਰਕੇ ਕੱਲ੍ਹ ਆਮ ਆਦਮੀ ਪਾਰਟੀ ਨੇ ਇੱਕ ਪੋਸਟ ਪਾਈ ਔਰ ਸੁਨੀਲ ਜਾਖੜ ਸਾਹਿਬ ਨੂੰ ਪੁੱਛਿਆ ਕਿ ਜਦੋਂ ਇੰਨਾ ਕੁਝ ਵਾਪਰ ਰਿਹਾ ਕਿਸਾਨਾਂ ਨਾਲ, ਤੁਸੀਂ ਚੁੱਪ ਕਿਉਂ ਹੋ ਅਤੇ ਕਿੱਥੇ ਹੋ? ਇਸੇ ਤਰ੍ਹਾਂ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਟਵੀਟ ਕੀਤਾ ਕਿ ਸੁਨੀਲ ਜਾਖੜ ਸਾਹਿਬ ਤੁਸੀਂ ਕਿੱਥੇ ਹੋ? ਔਰ ਚਰਚਾਵਾਂ ਇਹ ਵੀ ਨੇ ਕਿ ਬੀਜੇਪੀ ਦੇ ਵਿੱਚ ਵੀ ਸਥਿਤੀ ਬਹੁਤ ਹੈਰਾਨੀਜਨਕ ਬਣੀ ਹੋਈ ਹੈ। ਇਸ ਕਿਸਾਨ ਅੰਦੋਲਨ ਨੂੰ ਬੀਜੇਪੀ ਦਾ ਇੱਕ ਹਿੱਸਾ ਇਸ ਰੂਪ 'ਚ ਦੇਖ ਰਿਹਾ ਕਿ ਪੰਜਾਬ ਦੇ ਵਿੱਚ ਪੇਂਡੂ ਖੇਤਰਾਂ ਵਿੱਚ ਬੀਜੇਪੀ ਨੂੰ ਕਾਫੀ ਨੁਕਸਾਨ ਹੋਏਗਾ, ਕਿਉਂਕਿ ਜਿਸ ਤਰ੍ਹਾਂ ਨਾਲ ਹਰਿਆਣਾ ਨੇ ਪੰਜਾਬ ਦੇ ਕਿਸਾਨਾਂ ਨੂੰ ਰੋਕਿਆ, ਸ਼ੰਭੂ ਬਾਰਡਰ 'ਤੇ ਜਿਸ ਤਰ੍ਹਾਂ ਨਾਲ ਹੰਝੂ ਗੈਸ ਦੇ ਗੋਲੇ ਛੱਡੇ ਗਏ, ਰਬੜ ਦੀਆਂ ਗੋਲੀਆਂ ਛੱਡੀਆਂ ਗਈਆਂ, ਕਿਸਾਨ ਜ਼ਖਮੀ ਹੋਏ, ਉਹਦੇ ਨਾਲ ਕਿਤੇ ਨਾ ਕਿਤੇ ਪੇਂਡੂ ਖੇਤਰਾਂ ਦੇ ਵਿੱਚ ਔਰ ਕਿਸਾਨੀ ਬੈਲਟ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ 2024 ਦੀਆਂ ਚੋਣਾਂ 'ਚ ਪੰਜਾਬ 'ਚ ਤਾਂ ਨੁਕਸਾਨ ਹੋਏਗਾ ਹੋਏਗਾ, ਹਰਿਆਣੇ 'ਚ ਵੀ ਨੁਕਸਾਨ ਹੋ ਸਕਦਾ। ਬੀਜੇਪੀ ਦੇ ਬਹੁਤ ਸਾਰੇ ਲੀਡਰ ਇਹ ਗੱਲਾਂ ਸੋਚ ਰਹੇ ਨੇ। ਕੱਲ੍ਹ ਹਰਿਆਣੇ ਦੇ ਵਿੱਚ ਵੀ ਕਿਸਾਨਾਂ ਨੇ 3 ਘੰਟੇ ਲਈ ਟੋਲ ਫਰੀ ਰੱਖੇ, ਪੰਜਾਬ ਦੇ ਕਿਸਾਨਾਂ ਦੇ ਮੰਗਾਂ ਦੇ ਸਮਰਥਨ 'ਚ। ਇਹਦਾ ਮਤਲਬ ਹੈ ਹਰਿਆਣੇ ਦੇ ਵਿੱਚ ਵੀ ਜਿਹੜੇ ਕਿਸਾਨ 3 ਘੰਟੇ ਟੋਲ ਫਰੀ ਕਰਦੇ ਰਹੇ, ਚਡੂਨੀ ਉਹਨਾਂ ਦੇ ਸਮਰਥਕ ਸੀ ਜਿਹੜੇ, ਇਹਦਾ ਮਤਲਬ ਹੈ ਕਿਤੇ ਨਾ ਕਿਤੇ ਹਰਿਆਣੇ 'ਚ ਵੀ ਕਿਸਾਨ, ਜੋ ਕਾਰਵਾਈ ਹੋ ਰਹੀ ਹੈ ਕੇਂਦਰ ਸਰਕਾਰ ਦੀ, ਉਹਦੇ ਤੋਂ ਨਾ ਖੁਸ਼ ਹੈ। ਸੋ ਇਸ ਕਰਕੇ ਸੁਨੀਲ ਜਾਖੜ ਉਹਨਾਂ ਦੀ ਭੂਮਿਕਾ 'ਤੇ ਵਿਰੋਧੀ ਲਗਾਤਾਰ ਸਵਾਲ ਚੁੱਕ ਰਹੇ ਨੇ, ਔਰ ਹੋ ਸਕਦਾ ਅੱਜ ਕੱਲ੍ਹ ਸੁਨੀਲ ਜਾਖੜ ਕੁਝ ਬੋਲਣ, ਕੋਈ ਟਵੀਟ ਕਰਨ, ਆਪਣੀ ਸਥਿਤੀ ਹੋਰ ਸਪਸ਼ਟ ਕਰਨ, ਪਰ ਚਾਹੀਦਾ ਇਹ ਹੈ ਕਿ ਸੁਨੀਲ ਜਾਖੜ ਇਸ ਵਕਤ ਪੰਜਾਬ 'ਚ ਬੀਜੇਪੀ ਦੀ ਅਗਵਾਈ ਕਰਨ, ਪੰਜਾਬ ਦੇ ਕਿਸਾਨਾਂ ਔਰ ਬੀਜੇਪੀ ਦੀ ਕੇਂਦਰ ਸਰਕਾਰ ਦੇ ਵਿਚਾਲੇ ਜਿਹੜੇ ਮਤਭੇਦ ਨੇ ਉਹਨਾਂ ਨੂੰ ਦੂਰ ਕਰਾਉਣ,
ਕਿਸਾਨਾਂ ਔਰ ਕੇਂਦਰੀ ਮੰਤਰੀਆਂ ਦੀ ਹਰ ਮੀਟਿੰਗ 'ਚ ਸੁਨੀਲ ਜਾਖੜ ਹੋਣੇ ਚਾਹੀਦੇ ਨੇ। ਇਹ ਬੀਜੇਪੀ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਪੰਜਾਬ ਦੇ ਬੀਜੇਪੀ ਦੇ ਪ੍ਰਧਾਨ ਨੂੰ ਵੀ ਉਹਨਾਂ ਮੀਟਿੰਗਾਂ ਦੇ ਵਿੱਚ ਬਿਠਾਉਣ ਤਾਂ ਕਿ ਉਹ ਵੀ ਦੱਸ ਸਕਣ ਕਿ ਪੰਜਾਬ ਦੀ ਜ਼ਮੀਨੀ ਸਥਿਤੀ ਕੀ ਹੈ। ਔਰ ਸੁਨੀਲ ਜਾਖੜ ਉਹਨਾਂ ਨੂੰ ਜ਼ਰੂਰ ਹੀ ਪ੍ਰੈਸ ਕਾਨਫਰੰਸ ਕਰਕੇ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਕਿ ਅੱਜ ਇਸ ਕਿਸਾਨ ਅੰਦੋਲਨ ਬਾਰੇ ਸੁਨੀਲ ਜਾਖੜ ਉਹਨਾਂ ਦੀ ਕੀ ਰਾਏ ਹੈ। ਹਾਲਾਂਕਿ ਆਉਂਦੇ ਦਿਨਾਂ ਦੇ ਵਿੱਚ ਉਹ ਜ਼ਰੂਰ ਬੋਲਣਗੇ, ਪਰ ਹੁਣ ਉਹ ਮੌਕਾ ਜਦੋਂ ਉਹ ਬੋਲਣ। ਉਂਝ ਚਾਹੀਦਾ ਤਾਂ ਇਹ ਹੈ ਕਿ ਸੁਨੀਲ ਜਾਖੜ ਔਰ ਬੀਜੇਪੀ ਦੇ ਹੋਰ ਲੀਡਰ ਸ਼ੰਭੂ ਬਾਰਡਰ ਜਾ ਕੇ ਆਉਣ, ਜ਼ਖਮੀ ਕਿਸਾਨਾਂ ਦਾ ਪਤਾ ਲੈ ਕੇ ਆਉਣ ਔਰ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਨ ਔਰ ਪ੍ਰਧਾਨ ਮੰਤਰੀ ਸਾਹਿਬ ਤੋਂ ਮੰਗ ਕਰਨ ਕਿ ਤੁਸੀਂ ਖੁੱਲ੍ਹੇ ਦਿਲ ਨਾਲ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ 'ਤੇ ਵਿਚਾਰ ਕਰੋ ਅਤੇ ਇਹਨਾਂ ਨੂੰ ਲਾਗੂ ਕਰੋ। ਡੱਲਾ ਜੀ, ਕਿਸਾਨ ਅੰਦੋਲਨ ਦੀ ਜਦ ਆਪਾਂ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਟੈਂਡ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਜਦ ਆਪਾਂ ਕਿਸਾਨਾਂ ਦੀ ਵੀ ਗੱਲ ਕਰਦੇ ਹਾਂ, ਕਿਸਾਨ ਅੰਦੋਲਨ ਦੀ ਗੱਲ ਕਰਦੇ ਹੋ, ਕੀ ਕਹਿਣਾ ਚਾਹੋਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੂਮਿਕਾ 'ਤੇ? ਹਰਜੋਤ ਜੀ, ਜਿੱਥੋਂ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਹੈ, ਭਗਵੰਤ ਮਾਨ ਲਗਾਤਾਰ ਕਿਸਾਨ ਮੰਗਾਂ ਦੇ ਹੱਕ ਵਿੱਚ ਨੇ ਔਰ ਕੇਂਦਰ ਸਰਕਾਰ ਦੇ ਨਾਲ ਸਿਆਸੀ ਲੜਾਈ ਵੀ ਲੜ ਰਹੇ ਨੇ। ਭਾਵੇਂ ਉਹ ਕੇਂਦਰੀ ਮੰਤਰੀਆਂ ਦੀ ਬੈਠਕ ਦੇ ਵਿੱਚ ਖੁਦ ਬੈਠਦੇ ਨੇ, ਪਰ ਮੈਂ ਕੱਲ੍ਹ ਵੀ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਬਿਆਨ ਸੁਣੇ, ਤੜਕਸਾਰ ਜਦੋਂ ਉਹਨਾਂ ਨੇ ਬਿਆਨ ਦਿੱਤੇ ਅਤੇ ਉਹਨਾਂ ਨੇ ਸਪਸ਼ਟ ਕਿਹਾ ਕਿ ਕੇਂਦਰ ਨਾਲ ਕਈ ਮਸਲਿਆਂ ਦੇ ਉੱਤੇ ਅਸੀਂ ਗੱਲ ਤੋਰੀ ਹੈ। ਉਹ ਦੱਸਦੇ ਨੇ ਕਿ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ 'ਤੇ ਦਰਜ ਹੋਏ ਪਰਚੇ ਰੱਦ ਕਰਾਉਣ ਦੀ ਗੱਲ ਹੋਈ, ਨਕਲੀ ਬੀਜ, ਨਕਲੀ ਖਾਦਾਂ ਅਤੇ ਨਕਲੀ ਸਪਰੇਆਂ ਵੇਚਣ ਵਾਲਿਆਂ 'ਤੇ ਕਾਰਵਾਈ ਲਈ ਵੀ ਉਹਨਾਂ ਨੇ ਕਿਹਾ। ਔਰ ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲ ਦਾ ਵੀ ਵਿਰੋਧ ਕਰ ਰਹੇ ਨੇ ਕਿ ਹਰਿਆਣੇ ਵੱਲੋਂ ਜਿਸ ਤਰੀਕੇ ਨਾਲ ਪੰਜਾਬ ਦੀ ਸਰਹੱਦ ਦੇ ਵਿੱਚ ਗੋਲੀਬਾਰੀ ਕੀਤੀ ਗਈ, ਡਰੋਨ ਉਡਾਏ ਗਏ, ਹੰਝੂ ਗੈਸ ਦੇ ਗੋਲੇ ਛੱਡੇ ਗਏ, ਗੋਲੀਬਾਰੀ ਮਤਲਬ ਰਬੜ ਦੀਆਂ ਗੋਲੀਆਂ ਛੱਡੀਆਂ ਗਈਆਂ, ਮੁੱਖ ਮੰਤਰੀ ਨੇ ਹੁਕਮ ਲਾਏ ਸਰਕਾਰੀ ਹਸਪਤਾਲਾਂ 'ਚ, ਸਾਰੇ ਹਸਪਤਾਲਾਂ 'ਚ ਕਿ ਇਲਾਜ ਕਰੋ ਕਿਸਾਨਾਂ ਦਾ, ਪੰਜਾਬ ਦੇ ਸਿਹਤ ਮੰਤਰੀ ਜ਼ਖਮੀਆਂ ਨੂੰ ਮਿਲ ਕੇ ਆਏ। ਔਰ ਮੁੱਖ ਮੰਤਰੀ ਲਗਾਤਾਰ ਇਹ ਕਹਿ ਰਹੇ ਨੇ ਕਿ ਜਿਸ ਤਰ੍ਹਾਂ ਨਾਲ ਬਾਰਡਰ ਸੀਲ ਕੀਤੇ ਗਏ ਨੇ ਇਹ ਬਿਲਕੁਲ ਠੀਕ ਨਹੀਂ ਹੈ। ਔਰ ਭਗਵੰਤ ਮਾਨ ਦਾ ਸਟੈਂਡ ਪੰਜਾਬ ਦੇ ਕਿਸਾਨਾਂ ਨਾਲ ਹੈ। ਉੱਧਰ ਮਨੋਹਰ ਲਾਲ ਖੱਟਰ ਤਾਂ ਇਹ ਲਗਾਤਾਰ ਬਿਆਨ ਦੇ ਰਹੇ ਨੇ ਕਿ ਪੰਜਾਬ ਦੀ ਸਰਕਾਰ ਕਿਸਾਨਾਂ ਦੇ ਦਾ ਸਮਰਥਨ ਕਰ ਰਹੀ ਹੈ, ਜਦਕਿ ਆਮ ਆਦਮੀ ਪਾਰਟੀ ਤਾਂ ਖੁੱਲ੍ਹੇ ਤੌਰ 'ਤੇ ਕਹਿ ਰਹੀ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਕੇਂਦਰ ਕਿਸਾਨਾਂ ਦੀਆਂ ਮੰਗਾਂ ਮੰਨੇ, MSP 'ਤੇ ਕੇਂਦਰ ਫੈਸਲਾ ਕਰੇ। ਔਰ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਭਵਾਨਾ ਦੇ ਸਟੇਡੀਅਮ ਨੂੰ ਜੇਲ੍ਹ ਬਣਾਉਣ ਤੋਂ ਵੀ ਇਨਕਾਰ ਕੀਤਾ। ਇਹ ਵੀ ਗੱਲ ਖੁੱਲ੍ਹ ਕੇ ਆਮ ਆਦਮੀ ਪਾਰਟੀ ਨੇ ਆਪਣੇ ਟਵੀਟਾਂ ਜ਼ਰੀਏ ਸਾਂਝੀ ਕੀਤੀ ਹੈ। ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਟੈਂਡ ਬੜਾ ਸਾਫ਼ ਹੈ ਕਿ ਉਹ ਕਿਸਾਨਾਂ ਦੇ ਨਾਲ ਡਟ ਕੇ ਖੜ੍ਹੇ ਨੇ। ਪੰਜਾਬ 'ਚ ਕਿਸਾਨਾਂ 'ਤੇ ਕਿਸੇ ਤਰ੍ਹਾਂ ਦੀ ਜ਼ੋਰ ਜ਼ਬਰਦਸਤੀ ਨਹੀਂ ਹੈ। ਸ਼ੰਭੂ ਬਾਰਡਰ ਤੱਕ ਪਹੁੰਚਣ 'ਤੇ ਵੀ ਪੰਜਾਬ ਦੇ ਕਿਸਾਨਾਂ ਨੂੰ ਕਿਤੇ ਨਹੀਂ ਰੋਕਿਆ ਗਿਆ, ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਖੁੱਲ੍ਹਾ ਸਮਰਥਨ ਹੈ ਇਸ ਕਿਸਾਨ ਅੰਦੋਲਨ ਨੂੰ। ਸਭ ਤੋਂ ਵੱਡੀ ਗੱਲ ਕਿ ਨਕਲੀ ਬੀਜ ਤੇ ਨਕਲੀ ਖਾਦਾਂ ਦਾ ਜਿਹੜਾ ਉਹ ਤੇ ਬਹੁਤ ਡਿਟੇਲ ਨਾਲ ਗੱਲ ਹੋਈ ਹੈ ਕਿ ਮੋਨੋਕ੍ਰੋਟੋਫਾਸ ਹੈ। ਮੈਂ ਗੱਲ ਠਾਈ, ਮੋਨੋਕ੍ਰੋਟੋਫਾਸ ਦੁਨੀਆ 'ਚ 20 ਸਾਲ ਪਹਿਲਾਂ ਬੰਦ ਹੋ ਗਈ ਸੀ, ਸਾਡੇ ਕੋਲ ਅਜੇ ਵਿਕੀ ਜਾਂਦੀ ਹੈ। ਕਿੱਥੋਂ ਆਉਂਦੀ ਆ ਉਹ? ਉਹ ਇਹਨਾਂ ਨੇ ਕਿਹਾ ਕਿ 2023 'ਚ ਬੰਦ ਹੋਈ ਸੀ, ਇਹਦਾ ਮਤਲਬ ਹਜੇ ਸਟਾਕ ਪਿਆ ਉਹਦਾ। ਸੋ ਅਸੀਂ ਡੀਲਰ ਫੜ ਲੈਂਦੇ ਹਾਂ, ਪਰ ਜਿਹਨੇ ਬਣਾਈ ਹੈ, ਮੈਨੂਫੈਕਚਰ ਕੌਣ ਹੈ ਨਕਲੀ ਸਪਰੇਅ ਦਾ ਜਾਂ ਨਕਲੀ ਬੀਜ ਦਾ, ਉਹਨਾਂ ਤੇ ਪਰਚੇ ਕਰੋ, ਉਹਨਾਂ ਨੂੰ ਫੜੋ। ਕਿਉਂਕਿ ਉਹ ਕਿਸਾਨ ਦਾ ਤੇ ਸਪਰੇਅ ਵਾਲੇ ਦਾ ਜਾਂ ਬੀਜਾਂ ਵਾਲੇ ਦਾ ਆਪਸ 'ਚ ਪਿਆਰ ਹੁੰਦਾ, ਉਹ ਵਿਸ਼ਵਾਸ ਤੇ ਇੱਕ ਦੂਜੇ ਦੀ ਚੀਜ਼ਾਂ ਖਰੀਦ ਲੈਂਦੇ ਆ।
ਸੋ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਾ ਪ੍ਰਾਵਧਾਨ, ਜਾਣੀ ਕਿ ਸੰਡੇ ਨੂੰ ਸ਼ਾਮ ਨੂੰ ਫਿਰ ਦੁਬਾਰਾ। ਮੈਂ ਤਾਂ ਇਹੀ ਕਰ ਸਕਦਾ ਕਿ ਮੈਂ 3 ਵਾਰੀ ਸੈਂਟਰ ਸਰਕਾਰ ਇੱਥੇ ਲਿਆਂਦੀ ਹੈ, ਸਾਹਮਣੇ ਕਿਸਾਨ ਬੈਠੇ ਨੇ, ਗੱਲ ਕਰੋ ਵੀ ਜੇ ਕੋਈ ਦਿੱਕਤ ਆਉਂਦੀ ਹੈ ਮੈਂ ਵਿੱਚ ਖੜੂੰਗਾ, ਦੱਸੋ ਕੀ ਕਰਨਾ। ਜੇ ਸਟੇਟ ਦਾ ਕੋਈ ਮਸਲਾ ਆਉਂਦਾ ਮੈਂ ਉਹਦੀ ਜ਼ਿੰਮੇਵਾਰੀ ਲਊਂਗਾ ਕਿ ਮੈਂ ਠੀਕ ਕਰੂੰਗਾ ਇਹ। ਸੋ ਕਾਫੀ ਵਿਸ਼ਿਆਂ ਤੇ ਬਹੁਤ ਸਾਰੀ ਸਹਿਮਤੀ ਬਣੀ ਹੈ, ਹੋਰ ਵੀ ਹਜੇ ਰਹਿੰਦੇ ਨੇ, ਉਹਨਾਂ ਤੇ ਵੀ ਬਣੂਗੀ। ਪਰ ਹਾਂ, ਦੋਨੇ ਪਾਸਿਓਂ ਸੈਂਟਰ ਸਰਕਾਰ ਤੋਂ ਵੀ ਅਸੀਂ ਇਹ ਅਸ਼ੋਰੈਂਸ ਲਈ ਹੈ ਕਿ ਹਰਿਆਣਾ ਨਾਲ ਗੱਲ ਕਰੋ, ਉਧਰਲੇ ਪਾਸਿਓਂ ਮਤਲਬ ਸ਼ਾਂਤੀ ਰੱਖੀ ਜਾਵੇ, ਤੇ ਇਧਰਲੇ ਪਾਸਿਓਂ ਕਿਸਾਨ ਸੰਗਠਨ ਨੇ ਤਾਂ ਕੱਲ ਹੀ ਅਪੀਲ ਕਰਤੀ ਸੀ ਕਿ ਸ਼ਾਂਤੀ ਰੱਖੋ, ਰੱਖੀ ਵੀ ਹੈ ਉਹਨਾਂ ਨੇ। ਔਰ ਮੈਂ ਸਾਰੇ ਜਿੰਨੇ ਵੀ ਕਿਸਾਨ ਯੂਨੀਅਨ ਦੇ ਜਾਂ ਜਿੰਨੇ ਵੀ ਕਿਸਾਨ ਨੇ ਉੱਥੇ, ਉਹ ਮੈਂ ਉਹਨਾਂ ਨੂੰ ਇਸ ਗੱਲ ਲਈ ਕਹੂੰਗਾ ਕਿ ਆਪਾਂ, ਮੈਂ ਉਸ ਦਿਨ ਵੀ ਇਸੇ ਜਗ੍ਹਾ ਤੇ ਉੱਠ, ਜਦੋਂ 8 ਤਰੀਕ ਨੂੰ ਪਹਿਲੀ ਮੀਟਿੰਗ ਹੋਈ ਸੀ, ਕਿ ਮੈਂ ਆਪਣੇ ਨੌਜਵਾਨਾਂ ਨੂੰ ਜਾਂ ਆਪਣੇ ਪੰਜਾਬੀਆਂ ਨੂੰ, ਮੈਂ ਜਿਹੜੇ ਅਥਰੂ ਗੈਸ ਦੇ ਗੋਲਿਆਂ ਮੂਹਰੇ ਜਾਂ ਵਾਟਰ ਕੈਨਾਂ ਮੂਹਰੇ ਨਹੀਂ ਡਾਉਣਾ ਚਾਹੁੰਦਾ, ਪਰ ਟਾਈਮ ਲੱਗ ਗਿਆ, ਗੱਲਬਾਤ ਨੂੰ ਨਹੀਂ ਨਿਪਟ ਸਕੀ, ਪਰ ਅੱਜ ਪੋਜ਼ਿਟਿਵ ਮੂਡ 'ਚ, ਬਹੁਤ ਪੋਜ਼ਿਟਿਵ ਮੂਡ 'ਚ ਗੱਲ ਹੋਈ ਹੈ। ਤੁਹਾਡੇ ਸਾਹਮਣੇ ਮੰਤਰੀ ਵੀ ਕਹਿ ਕੇ ਗਏ ਹੋਣਗੇ ਕਿ ਐਤਵਾਰ ਨੂੰ ਅਗਲੀ ਮੀਟਿੰਗ ਹੋਊਗੀ, ਇੰਟਰਨੈਟ ਨਾਲ ਸੰਬੰਧਿਤ ਜਾਂ ਕੋਈ ਪੰਜਾਬ ਨਾਲ ਸੰਬੰਧਿਤ ਕੋਈ ਵੀ ਵਿਸ਼ਾ ਹੈ ਉਹਦੀ ਇਮੀਡੀਏਟਲੀ ਅਸੀਂ DGP ਸਾਹਿਬ ਨੂੰ ਕਹਿਤਾ, ਕੋਈ ਇੱਦਾਂ ਦਾ ਕੋਈ ਵਿਸ਼ਾ ਹੈਗਾ ਜਿਹੜਾ ਪੰਜਾਬ ਸਟੇਟ ਦਾ ਉਹ ਅਸੀਂ ਹੱਲ ਕਰ ਦਾਂਗੇ, ਉਹਦੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਅਸੀਂ ਹਰ ਰੋਜ਼ ਮਿਲਦੇ ਹੀ ਰਹਿੰਦੇ ਹਾਂ ਯੂਨੀਅਨਾਂ ਨੂੰ, ਅਸੀਂ ਤਾਂ ਆਪਸ 'ਚ ਇੱਕ ਦੂਜੇ ਨਾਲ ਗੱਲਬਾਤ ਕਰਦੇ ਰਹਿੰਦੇ ਹਾਂ। ਹਰਿਆਣਾ ਸਰਕਾਰ ਨੂੰ ਅਸੀਂ ਉਹਨਾਂ ਨੂੰ ਕਿਹਾ ਕਿ ਹਰਿਆਣਾ ਸਰਕਾਰ ਇਸ ਤਰ੍ਹਾਂ ਦਾ ਬਿਹੇਵ ਨਾ ਕਰੇ ਕਿ ਸਾਡੇ ਜੁਡੀਸ਼ਰੀ ਜਿਹੜੀ ਜੁਰੀਡਿਕਸ਼ਨ 'ਚ ਆ ਕੇ ਉਹ ਗੋਲੇ ਸੁੱਟਦੇ ਨੇ ਜਾਂ ਰਬੜ ਦੀਆਂ ਗੋਲੀਆਂ ਜਾਂ ਕੁਛ ਉਹਨਾਂ ਨੇ ਖੋਲ ਹੋਰ ਵੀ ਦਿਖਾਏ ਨੇ ਵੱਡੇ ਵੱਡੇ। ਸੋ ਇਹ ਇਸ ਤਰ੍ਹਾਂ ਨਾ ਕਰੋ, ਗੱਲਬਾਤ ਨਾਲ ਹੀ ਨਿਬੜੂਗਾ ਸਾਰਾ ਕੁਛ, ਮੈਨੂੰ ਇਸ ਗੱਲ 'ਚ ਕੋਈ ਕਹਿਣ 'ਚ ਹਰਜ ਨਹੀਂ ਕਿ ਪੰਜਾਬ ਨਾਲ ਆ, ਪੰਜਾਬੀਆਂ ਨਾਲ ਆ, ਕਸਟੋਡੀਅਨ ਹੋਣ ਦੇ ਨਾਤੇ। ਪਰ ਹਾਂ, ਲਾਅ ਐਂਡ ਆਰਡਰ ਤੇ ਪੰਜਾਬ ਦੇ 3.5 ਕਰੋੜ ਲੋਕਾਂ ਦੀਆਂ ਦਿੱਕਤਾਂ ਵੀ ਅਸੀਂ ਦੇਖਣੀਆਂ ਨੇ। ਕੋਈ ਇਸ ਤਰ੍ਹਾਂ ਦਾ ਮਾਹੌਲ ਨਾ ਬਣ ਜੇ ਕਿ ਸਾਡੇ ਕੋਲ ਤੇਲ ਦੀ ਕਮੀ ਆ ਜੇ, ਸਾਡੇ ਕੋਲ ਦੁੱਧ ਦੀ ਜਾਂ ਜ਼ਰੂਰੀ ਵਸਤਾਂ ਦੀ, ਸਬਜ਼ੀਆਂ ਚਲੋ ਅਸੀਂ ਆਪ ਹੀ ਪੈਦਾ ਕਰਦੇ ਹਾਂ, ਸਾਡੇ ਕੋਲ ਕੋਈ ਇਹੋ ਜਿਹੇ ਜਿਹੜੀਆਂ ਬਾਹਰੋਂ ਚੀਜ਼ਾਂ ਆਉਂਦੀਆਂ ਨੇ ਉਹਨਾਂ ਦੀ ਕੋਈ ਕਮੀ ਨਾ ਆਵੇ, ਤਾਂ ਕਿ ਆਮ ਲੋਕ ਜਿਹੜੇ ਨੇ ਉਹ ਪ੍ਰਭਾਵਿਤ ਨਾ ਹੋਣ। ਇਸ ਗੱਲ ਲਈ ਮੈਂ ਅਸ਼ੋਰਟੀ ਵੀ ਦਵਾਈ ਹੈ ਉਹਨਾਂ ਨੂੰ, ਉਹਨਾਂ ਨੇ ਵੀ ਮੇਰੇ ਨਾਲ ਕਿਸਾਨ ਸੰਗਠਨ ਨੇ ਕਿਹਾ ਕਿ ਇਸ ਗੱਲ ਲਈ ਅਸੀਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਸ਼ਾਂਤੀਪੂਰਵਕ ਅੰਦੋਲਨ ਚੱਲੂਗਾ, ਉਧਰੋਂ ਵੀ ਸ਼ਾਂਤੀ ਰਹੂਗੀ, ਐਤਵਾਰ ਨੂੰ ਅਗਲੀ ਮੀਟਿੰਗ। ਹੋਰ ਤਾਂ ਹੋਰ, ਭਗਵੰਤ ਮਾਨ ਪੰਜਾਬ ਦੇ 3 ਜ਼ਿਲ੍ਹਿਆਂ 'ਚ ਇੰਟਰਨੈਟ ਬੰਦ ਕੀਤੇ ਜਾਣ ਤੋਂ ਵੀ ਨਾਰਾਜ਼ ਨੇ। ਇਸ ਤਰ੍ਹਾਂ ਦੀਆਂ ਰਿਪੋਰਟਾਂ ਨੇ ਕਿ ਸੰਗਰੂਰ, ਪਟਿਆਲਾ ਔਰ ਫਤਿਹਗੜ੍ਹ ਸਾਹਿਬ, ਇਹਨਾਂ 3 ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਵੀ ਬੰਦ ਕੀਤਾ ਗਿਆ। ਮੁੱਖ ਮੰਤਰੀ ਸਾਫ਼ ਤੌਰ 'ਤੇ ਇੰਟਰਨੈਟ ਬੰਦ ਕੀਤੇ ਜਾਣ ਦਾ ਵੀ ਵਿਰੋਧ ਕਰਦੇ ਨੇ ਕਿ ਬੱਚਿਆਂ ਦੇ ਇਮਤਿਹਾਨ ਚੱਲ ਰਹੇ ਨੇ, ਪੰਜਾਬ 'ਚ 10ਵੀਂ ਅਤੇ 12ਵੀਂ ਦੇ ਇਮਤਿਹਾਨ ਨੇ, ਬਹੁਤ ਸਾਰੇ ਬੱਚੇ ਇੰਟਰਨੈਟ ਬੰਦ ਹੋਣ ਕਰਕੇ ਆਪਣੀ ਪੜ੍ਹਾਈ ਤੋਂ ਵਾਂਝੇ ਰਹੇ ਹੋਣਗੇ ਨਿਸ਼ਚਿਤ ਤੌਰ 'ਤੇ। ਅੱਜ ਕੱਲ੍ਹ ਪੜ੍ਹਾਈ ਇੰਟਰਨੈਟ ਬਿਨਾਂ ਨਹੀਂ ਹੈ, ਬਹੁਤ ਸਾਰੇ ਬੱਚਿਆਂ ਦੀਆਂ ਕਲਾਸਾਂ ਔਨਲਾਈਨ ਨੇ। ਸੋ ਇਸ ਕਰਕੇ ਇੰਟਰਨੈਟ ਬੰਦ ਹੋਣ ਤੋਂ ਵੀ ਭਗਵੰਤ ਮਾਨ ਬਹੁਤ ਜ਼ਿਆਦਾ ਨਾਰਾਜ਼ ਨੇ। ਜੋ ਪੰਜਾਬ ਸਰਕਾਰ ਨਾਲ ਸੰਬੰਧਿਤ ਵਿਸ਼ੇ ਨੇ, ਜਿਵੇਂ ਕਿ ਸੈਂਟਰ ਸਰਕਾਰ ਨੇ ਸਾਡੇ 3 ਜ਼ਿਲ੍ਹਿਆਂ ਦੇ ਵਿੱਚ, ਸੰਗਰੂਰ ਜਿਹਦੇ 'ਚ ਖਨੌਰੀ ਆਉਂਦਾ ਬਾਰਡਰ ਆਉਂਦਾ, ਪਟਿਆਲਾ ਜੀ ਸ਼ੰਭੂ ਵੀ ਆਉਂਦਾ, ਅਤੇ ਆਪਣਾ
ਫਤਿਹਗੜ੍ਹ ਸਾਹਿਬ ਸੈਂਟਰ ਸਰਕਾਰ ਨੇ ਚਿੱਠੀ ਕੱਢ ਕੇ, ਕਿਉਂਕਿ ਉਹਨਾਂ ਦੇ ਅਧੀਨ ਆ ਜਾਂਦਾ, ਉਹਨਾਂ ਨੇ ਸਾਡਾ ਇੰਟਰਨੈਟ ਬੰਦ ਕਰਾਤਾ, ਬੱਚਿਆਂ ਦੇ ਪੇਪਰ ਨੇ, ਮੈਂ ਗੱਲ ਇਹ ਅੱਜ ਮੁੱਦੇ ਉਠਾਇਆ ਮੈਂ, ਬੱਚਿਆਂ ਦੇ ਪੇਪਰ ਸ਼ੁਰੂ ਹੋ ਗਏ ਅੱਜ ਤੋਂ, ਆਨਲਾਈਨ ਪੜ੍ਹਾਈਆਂ ਨੇ ਅੱਜ ਕੱਲ੍ਹ, ਬੱਚਿਆਂ ਦਾ ਕੀ ਕਸੂਰ ਹੈ? ਜਦਕਿ ਕਿਸਾਨ ਜਿਹੜੇ ਨੇ ਉਹ ਬਾਰਡਰਾਂ 'ਤੇ ਹੀ ਬੈਠੇ ਨੇ, ਕੋਈ ਇੱਦਾਂ ਦੀ ਗੱਲ ਨਹੀਂ ਹੈਗੀ। ਸੋ ਮੈਂ ਕਿਹਾ ਵੀ ਤੁਸੀਂ ਸਾਡੇ ਵਾਲੇ ਪਾਸੇ ਆ ਕੇ ਡਰੋਨ ਜਿਹੜਾ ਉਹ ਐਡੇ ਐਡੇ ਸ਼ੈਲ ਸਿੱਟ ਜਾਂਦਾ, ਕਿਸਾਨਾਂ ਨੇ ਦਿਖਾਏ ਵੀ ਨੇ ਉਹ, ਕਿ ਇਹ ਤਾਂ ਦੇਖੋ ਕੋਈ ਬਗਾਨੇ ਦੇਸ਼ ਦੇ ਨਾਗਰਿਕਾਂ ਵਾਲਾ ਸਾਡੇ ਨਾਲ ਤੁਸੀਂ ਵਿਤਕਰਾ ਨਾ ਕਰੋ ਜਾਂ ਵਰਤਾਰਾ ਨਾ ਕਰੋ। ਪੰਜਾਬ ਕਾਂਗਰਸ ਦੇ ਕਈ ਆਗੂ ਬੀਜੇਪੀ ਦੇ ਦਫ਼ਤਰ ਦੇ ਬਾਹਰ ਹਰਿਆਣੇ ਦੇ ਵਿੱਚ ਧਰਨੇ 'ਤੇ ਬੈਠੇ, ਜਿੱਥੇ ਪੁਲਿਸ ਨੇ ਉਹਨਾਂ ਨੂੰ ਡਿਟੇਨ ਕੀਤਾ, ਹਿਰਾਸਤ ਵਿੱਚ ਵੀ ਲਿਆ, ਪਰ ਉਹ ਕਿਸਾਨੀ ਮੰਗਾਂ 'ਤੇ ਅੜੇ ਰਹੇ। ਇਸ ਪੂਰੇ ਮਾਮਲੇ ਬਾਰੇ ਵੀ ਜਾਣਕਾਰੀ ਜੋ ਹੈ ਜ਼ਰੂਰ ਦਰਸ਼ਕਾਂ ਦੇ ਨਾਲ ਇਸ ਪ੍ਰੋਗਰਾਮ ਦੇ ਜ਼ਰੀਏ ਸਾਂਝੀ ਕਰਨਾ। ਉੱਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਬੀਬੀ ਰਜਿੰਦਰ ਕੌਰ ਭੱਠਲ, ਭਾਰਤ ਭੂਸ਼ਣ ਆਸ਼ੂ ਔਰ ਕਈ ਹੋਰ ਆਗੂ ਹਰਿਆਣਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਦਲ ਦੇ ਦਫ਼ਤਰ ਦੇ ਬਾਹਰ ਬਹਿ ਗਏ। ਉਹਨਾਂ ਨੇ ਧਰਨਾ ਦਿੱਤਾ, ਬਾਅਦ ਦੇ ਵਿੱਚ ਹਰਿਆਣਾ ਦੀ ਪੁਲਿਸ ਨੇ ਉਹਨਾਂ ਨੂੰ ਡਿਟੇਨ ਕੀਤਾ। ਕਈ ਆਗੂ ਸੀ, ਤ੍ਰਿਪਤ ਰਜਿੰਦਰ ਬਾਜਵਾ ਵੀ ਸੀ, ਬਲਵੀਰ ਸਿੰਘ ਸਿੱਧੂ ਵੀ ਸੀ, ਔਰ ਜੰਮ ਕੇ ਰਾਜਾ ਵੜਿੰਗ ਨੇ ਭਾਰਤੀ ਜਨਤਾ ਪਾਰਟੀ ਦੇ ਹਰਿਆਣਾ ਦੇ ਸਰਕਾਰ ਦੇ ਰਵੱਈਏ 'ਤੇ ਆਪਣੀ ਭੜਾਸ ਵੀ ਕੱਢੀ। ਉਹਨਾਂ ਦੀ ਗੱਲ ਵੀ ਸੁਣਦੇ ਹਾਂ। ਇਹ ਕਿਸਾਨ ਹੈ, ਦੇਸ਼ ਦਾ ਅੰਨਦਾਤਾ ਹੈ, ਉਹ ਦਿੱਲੀ ਜਾਣਾ ਚਾਹੁੰਦਾ। ਤੁਸੀਂ ਦੇਖੋ ਕਿੱਡਾ ਵੱਡਾ ਨਿਆਂ ਹੈ। ਫਰਾਂਸ ਦੇ ਵਿੱਚ ਅੰਦੋਲਨ ਹੁੰਦਾ ਤਾਂ ਲੋਕ ਕਹਿੰਦੇ ਕੋਈ ਕਿਸਾਨਾਂ ਨੂੰ ਆਉਣ ਦਿਓ। ਪੈਰਿਸ 'ਚ ਹੁੰਦਾ ਤਾਂ ਕਿਸਾਨ ਜਾ ਸਕਦੇ, ਅਮਰੀਕਾ 'ਚ ਕਿਸਾਨ ਅੰਦੋਲਨ ਕਰ ਸਕਦੇ, ਲੇਕਿਨ ਹਿੰਦੁਸਤਾਨ ਦੀ ਸਰ ਜ਼ਮੀਨ 'ਤੇ ਅਗਰ ਪੰਜਾਬ ਦਾ ਕਿਸਾਨ ਜਾ ਕੇ ਅੰਦੋਲਨ ਕਰਨਾ ਚਾਹੁੰਦਾ, ਵੇਖੋ ਹੁਣ ਬਾਰਡਰ 'ਤੇ ਅੰਦੋਲਨ ਕਰ ਰਹੇ, ਅਤੇ ਜੇ ਦਿੱਲੀ ਬਾਰਡਰ 'ਤੇ ਹੋ ਜਾਏਗਾ ਫਿਰ ਕੀ ਹੋ ਜਾਏਗਾ? ਇੰਨੀ ਜਿੱਦ ਵੀ ਕੀ ਆਖ ਕਿ ਤੁਸੀਂ ਪਾਕਿਸਤਾਨ ਤੋਂ ਵੀ ਗਹਿਰਾ ਜਿਹੜਾ ਤਰੀਕੇ ਨਾਲ ਉੱਥੇ ਬਾਰਡਰ ਸਥਾਪਿਤ ਕਰਤਾ, ਬਣਾਤਾ, ਫਿਰ ਗੋਲੀਆਂ ਚਲਾਈਆਂ ਜਾ ਰਹੀਆਂ, ਫਿਰ ਸਾਡੇ ਨਾਲ ਧੱਕਾ। ਹਜੇ ਤਾਂ ਆਪਦੀ ਅਸੀਂ ਸਰ ਜ਼ਮੀਨ 'ਤੇ ਹਾਂ, ਅਸੀਂ ਪੰਜਾਬ ਦੀ ਸਰ ਜ਼ਮੀਨ 'ਤੇ ਹਾਂ, ਉਹ ਸਾਡੀ ਧਰਤੀ ਹੈ। ਉੱਥੇ ਡਰੋਨਾਂ ਦੇ ਰਾਹੀਂ ਜਿਸ ਪ੍ਰਕਾਰ ਉਹਨਾਂ ਨੇ ਕਿਸਾਨਾਂ ਨਾਲ ਧੱਕਾ ਅਤੇ ਜਾਸੀ ਕੀਤੀ ਹੈ, ਅਸੀਂ ਕਹਿੰਦੇ ਹਾਂ ਕਾਰਵਾਈ ਹੋਣੀ ਚਾਹੀਦੀ ਹੈ। ਇਸੇ ਕਰਕੇ ਕੱਲ੍ਹ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਹਨਾਂ ਦੇ ਐਫ ਆਈ ਆਰ ਲੌਂਚ ਕਰੋ। ਪੂਰੇ ਪੰਜਾਬ ਭਰ ਦੇ ਵਿੱਚ ਕਾਂਗਰਸ ਪਾਰਟੀ ਕਿਸਾਨ ਜਥੇਬੰਦੀਆਂ ਦਾ ਸਮਰਥਨ ਕਰਦੇ ਹੋਏ ਆਪਦੇ ਤਰੀਕੇ ਦੇ ਨਾਲ, ਨਾ ਕਿਤੇ ਉਹਨਾਂ ਦੇ ਧਰਨਿਆਂ 'ਚ ਜਾਂਦੇ ਹੋਏ, ਆਪਦੇ ਤਰੀਕੇ ਨਾਲ ਕਿਸਾਨਾਂ ਦਾ ਸਮਰਥਨ ਕਰਨ ਵਾਸਤੇ ਅੱਜ ਇੱਥੇ ਜ਼ਿਲ੍ਹੇ ਸਤਰ 'ਤੇ ਵੀ ਇਸੇ ਪ੍ਰਕਾਰ ਦੇ ਧਰਨੇ ਹੈ, ਔਰ ਅੱਜ ਅਸੀਂ ਇੱਥੇ ਵੀ ਆਏ ਹਾਂ ਕਿਉਂਕਿ ਬੀਜੇਪੀ ਦੇ ਵੱਲੋਂ ਜ਼ਿਆਸਤੀ ਹੋ ਰਹੀ ਹੈ ਕਿਸਾਨਾਂ ਦੇ ਨਾਲ। ਇਹ ਸਾਰੇ ਪੰਜਾਬੀ ਹੋਣ ਦੇ ਨਾਤੇ ਆ, ਇਹ ਕਾਂਗਰਸੀ ਹੋਣ ਦੇ ਨਾਤੇ ਨਹੀਂ, ਸਭ ਕਿਸਾਨ ਹੈ, ਅੱਧੇ ਤੋਂ ਵੱਧ ਇੱਥੇ ਜਿਹੜੇ ਬੈਠੇ ਕਿਸਾਨ ਹੈ। ਸੋ ਅਸੀਂ ਲੜਾਈ ਲੜਨਾ ਹੈ ਕਿਸਾਨ ਦੀ, ਜਿੱਥੇ ਜਿੱਥੇ ਅਨਿਆਏ ਹੋਏਗਾ ਉੱਥੇ ਉੱਥੇ ਅਸੀਂ ਲੋਕ ਅੱਗੇ ਹੋ ਕੇ ਪੰਜਾਬ ਦੇ ਲੋਕਾਂ ਦੀ ਔਰ ਪੰਜਾਬ ਦੇ ਕਿਸਾਨਾਂ ਦੀ ਲੜਾਈ ਲੜਾਂਗੇ। ਕਿੰਨੇ ਸੈਸ਼ਨ ਨਿਕਲੇ ਆ ਪਾਰਲੀਮੈਂਟ ਦੇ, ਉਹਨਾਂ ਯਾਦ ਨਹੀਂ ਆਇਆ ਇਹਨਾਂ ਨੂੰ, ਕਿਉਂਕਿ ਲਮਕਾਉਣਾ ਅਤੇ ਟਿਕਾਉਣਾ ਚਾਹੁੰਦੇ ਸੀਗੇ, ਕਿ ਡੰਡੇ ਨਾ ਬੰਦ ਕਰਾਉਣਾ ਚਾਹੁੰਦੇ ਸੀ। ਅੱਤ ਨੂੰ ਆ ਕੇ ਕਿਸਾਨਾਂ ਨੂੰ ਉੱਠਣਾ ਪਿਆ, ਔਰ ਜੋ ਸਮੂਹ ਉੱਥੇ ਬਾਰਡਰਾਂ 'ਤੇ ਹੋ ਰਿਹਾ, ਚਾਹੇ ਉਹ ਖਨੌਰੀ ਹੈ, ਚਾਹੇ ਉਹ ਸ਼ੰਭੂ ਹੈ, ਸਾਰਾ ਥਾਵਾਂ 'ਤੇ ਐਸਾ ਨਿਰਦਈਆਂ ਵਾਲਾ ਵਰਤਾਓ ਕੀਤਾ। ਹੁਣ ਅਸੀਂ ਬੈਠੇ ਹਾਂ, ਹੱਕ ਹੈ ਸਾਡਾ, ਸਾਡੇ ਡਾਂਗਾਂ ਵਰਤਾਉਣੀਆਂ ਵਰਤਾ ਲਓ, ਲੇਕਿਨ ਇਹ ਡਾਂਗਾਂ ਦੇ ਨਾਲ ਰੋਕਿਆ ਨਹੀਂ ਜਾ ਸਕਦਾ। ਮੈਂ ਸਮਝਦੀ ਹਾਂ ਕਿ ਇਹਨਾਂ ਦੀ ਨੀਅਤ ਬਿਲਕੁਲ ਸਾਫ਼ ਨਹੀਂ, ਮੀਟਿੰਗਾਂ 'ਚ ਟਾਈਮ ਟਪਾਉਣਗੇ, ਐਵੇਂ ਮਾੜਾ ਮੋਟਾ ਚਿੱਕਾ ਚੌਕੜੀ ਕਰਨਗੇ, ਇਹਨਾਂ ਨੂੰ ਬਿਲਕੁਲ ਇਹਨਾਂ ਦੇ ਕਿਸਾਨਾਂ ਦਾ ਕੋਈ ਹੁੰਦਾ ਨਹੀਂ। ਸਿਰਫ ਰਾਜਾ ਵੜਿੰਗ ਨਹੀਂ, ਪੰਜਾਬ 'ਚ ਸਾਰੇ ਵਿਰੋਧੀ ਧਿਰਾਂ ਦੇ ਲੀਡਰ, ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ, ਨਵਜੋਤ ਸਿੰਘ ਸਿੱਧੂ ਲਗਾਤਾਰ ਆਪਣੇ ਟਵਿੱਟਰ ਦੇ ਜ਼ਰੀਏ
ਕਿਸਾਨ ਅੰਦੋਲਨ ਦਾ ਸਮਰਥਨ, ਜਾਇਜ਼ ਮੰਗਾਂ ਦਾ ਸਮਰਥਨ ਔਰ ਪੰਜਾਬ ਅਤੇ ਕੇਂਦਰ ਸਰਕਾਰ ਦਾ ਨੀਤੀਗਤ ਵਿਰੋਧ ਕਰ ਰਹੇ ਨੇ। ਨਵਜੋਤ ਸਿੰਘ ਸਿੱਧੂ ਇਹ ਆਵਾਜ਼ ਵੀ ਚੱਕ ਰਹੇ ਨੇ ਕਿ ਕੇਂਦਰ ਦੀ ਸਰਕਾਰ ਇਹਨਾਂ ਕਿਸਾਨਾਂ ਦੀਆਂ ਮੰਗਾਂ ਨੂੰ ਗੰਭੀਰਤਾ ਦੇ ਨਾਲ ਸੋਚੀ। ਔਰ ਕੱਲ੍ਹ ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤੀ ਜਿਹਦੇ ਵਿੱਚ ਨਵਜੋਤ ਸਿੰਘ ਸਿੱਧੂ ਕਿਸਾਨਾਂ ਦੇ ਨਾਲ ਮਿਲ ਰਹੇ ਨੇ। ਹਾਲਾਂਕਿ ਉਹ ਵੀਡੀਓ ਪੁਰਾਣੀ ਹੈ, ਪਰ ਨਵਜੋਤ ਸਿੰਘ ਸਿੱਧੂ ਦੀਆਂ ਜਿਹੜੀਆਂ ਗੱਲਾਂ ਨੇ ਉਹ ਬਿਲਕੁਲ ਉਹੀ ਨੇ ਜਿਹੜੀਆਂ ਅਗਰ ਲਾਗੂ ਹੋ ਜਾਣ ਤਾਂ ਬਹੁਤ ਭਲਾ ਪੰਜਾਬ ਦੀ ਕਿਸਾਨੀ ਦਾ ਹੋ ਸਕਦਾ। ਭਾਵੇਂ MSP ਦੀਆਂ ਗੱਲਾਂ ਨੇ, ਭਾਵੇਂ ਪਾਕਿਸਤਾਨ ਦੇ ਨਾਲ ਸੜਕ ਦੇ ਜ਼ਰੀਏ ਵਪਾਰ ਦੀ ਉਹਨਾਂ ਦੀ ਮੰਗ ਹੈ, ਖੇਤੀ ਲਈ ਬਾਰਡਰ ਖੋਲ੍ਹਣ ਦੀ ਜਿਹੜੀ ਉਹਨਾਂ ਦੀ ਮੰਗ ਹੈ। ਅਕਸਰ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਜਿਵੇਂ ਸ਼੍ਰੀ ਕਰਤਾਰਪੁਰ ਸਾਹਿਬ ਸ਼ਰਧਾਲੂ ਜਾਂਦੇ ਨੇ ਪੂਰੀ ਜਾਂਚ ਪੜਤਾਲ ਤੋਂ ਬਾਅਦ, ਇਸੇ ਤਰ੍ਹਾਂ ਪਾਕਿਸਤਾਨ ਦੇ ਨਾਲ ਖੇਤੀਬਾੜੀ ਲਈ ਬਾਰਡਰ ਖੋਲ੍ਹ ਦੇਣਾ ਚਾਹੀਦਾ ਹੈ, ਜਿਹਦੇ ਨਾਲ ਪੰਜਾਬ ਦੀ ਕਿਸਾਨੀ ਖੁਸ਼ਹਾਲ ਹੋਏਗੀ। ਔਰ ਉਸੇ ਤਰ੍ਹਾਂ ਜਿਵੇਂ ਸ਼੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ 'ਤੇ ਲੋਕ ਜਾਂਦੇ ਨੇ ਅਤੇ ਉਹਨਾਂ ਦੀ ਪੂਰੀ ਵੈਰੀਫਿਕੇਸ਼ਨ ਹੁੰਦੀ ਹੈ, ਉਸੇ ਤਰ੍ਹਾਂ ਅਗਰ ਕੋਈ ਵਪਾਰ ਕਰਨਾ ਚਾਹੁੰਦਾ ਸੜਕ ਰਸਤੇ 'ਤੇ ਉਹਦੀ ਪੂਰੀ ਵੈਰੀਫਿਕੇਸ਼ਨ ਹੋਵੇ ਔਰ ਬਿਨਾਂ ਕਿਸੇ ਸੁਰੱਖਿਆ ਖਤਰੇ ਤੋਂ ਇਹ ਵਪਾਰ ਸ਼ੁਰੂ ਕੀਤਾ ਜਾਵੇ। ਹਾਲਾਂਕਿ ਵੱਡੀ ਗਿਣਤੀ ਪੰਜਾਬੀ ਵੀ ਇਸ ਗੱਲ ਨਾਲ ਸਹਿਮਤ ਨੇ ਕਿ ਪਾਕਿਸਤਾਨ ਦੇ ਜ਼ਰੀਏ, ਪਾਕਿਸਤਾਨ ਨਾਲ ਜੁੜੇ ਸਾਡੇ ਸਰਹੱਦ ਦੇ ਜ਼ਰੀਏ ਅਗਰ ਸੜਕ ਰਸਤੇ ਤੋਂ ਵਪਾਰ ਸ਼ੁਰੂ ਹੁੰਦਾ ਤਾਂ ਉਹਦੇ ਨਾਲ ਪੰਜਾਬ ਹੀ ਨਹੀਂ ਹਰਿਆਣਾ ਅਤੇ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਵਪਾਰ ਅੱਗੇ ਵਧੇਗਾ, UP ਬਿਹਾਰ ਨੂੰ ਵੀ ਉਸ ਵਪਾਰ ਨਾਲ ਫਾਇਦਾ ਹੋਏਗਾ। ਸੋ ਇਸ ਪਾਸੇ ਨਵਜੋਤ ਸਿੰਘ ਸਿੱਧੂ ਨੇ ਫਿਰ ਇੱਕ ਵੀਡੀਓ ਕੱਲ੍ਹ ਜਾਰੀ ਕੀਤੀ ਔਰ ਕਿਸਾਨਾਂ ਦੇ ਹੱਕ 'ਚ ਨਵਜੋਤ ਸਿੰਘ ਸਿੱਧੂ ਵੀ ਪੂਰੀ ਤਰ੍ਹਾਂ ਨਾਲ ਡਟ ਕੇ ਖੜ੍ਹੇ ਹੋਏ ਨੇ। ਨਵਜੋਤ ਸਿੰਘ ਸਿੱਧੂ ਦੇ ਨਾਲ ਨਾਲ ਸੁਖਪਾਲ ਖਹਿਰਾ ਨੇ ਵੀ ਕੱਲ੍ਹ ਇੱਕ ਪ੍ਰੈਸ ਕਾਨਫਰੰਸ ਕੀਤੀ। ਕੱਲ੍ਹ ਉਹਨਾਂ ਨੇ ਦਿੱਲੀ ਦੇ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਫ਼ਤਰ 'ਚ ਪ੍ਰੈਸ ਕਾਨਫਰੰਸ ਕੀਤੀ, ਭਾਰਤੀ ਜਨਤਾ ਪਾਰਟੀ ਦਾ ਨੀਤੀਗਤ ਵਿਰੋਧ ਕੀਤਾ, ਕਿਸਾਨ ਅੰਦੋਲਨ ਦਾ ਸਮਰਥਨ ਕੀਤਾ। ਹਾਲਾਂਕਿ ਇਹ ਵੀ ਗੱਲ ਕਿਸੇ ਤੋਂ ਲੁਕੀ ਨਹੀਂ ਕਿ ਭਾਰਤੀ ਜਨਤਾ ਪਾਰਟੀ ਲਗਾਤਾਰ ਕਾਂਗਰਸ 'ਤੇ ਨਿਸ਼ਾਨੇ ਲਾ ਰਹੀ ਹੈ ਕਿ ਕਾਂਗਰਸ ਨੇ ਆਪਣੀ UPA ਦੀ ਸਰਕਾਰ ਵੇਲੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਨਹੀਂ ਮੰਨੀਆਂ ਸੀ। UPA ਦੀ ਸਰਕਾਰ ਨੇ ਵੀ MSP ਦਾ ਕਾਨੂੰਨ ਨਹੀਂ ਬਣਾਇਆ ਸੀ। BJP ਦੇ ਲੀਡਰ ਲਗਾਤਾਰ ਇਹ ਗੱਲਾਂ ਵੀ ਕਹਿ ਰਹੇ ਨੇ, ਪਰ ਸੁਖਪਾਲ ਖਹਿਰਾ ਜਿਹੜੇ ਕਿ ਕਾਂਗਰਸ ਪਾਰਟੀ ਦੇ ਕਿਸਾਨ ਵਿੰਗ ਦੇ ਵੀ ਚੇਅਰਪਰਸਨ ਨੇ, ਉਹ ਲਗਾਤਾਰ ਦਾਅਵਾ ਕਰ ਰਹੇ ਨੇ ਕਿ ਰਾਹੁਲ ਗਾਂਧੀ ਹੋਣਾ ਨੇ ਵੀ ਸਮਰਥਨ ਕਰ ਦਿੱਤਾ ਜੇ ਸਾਡੀ ਸਰਕਾਰ ਆਈ ਤਾਂ ਅਸੀਂ MSP ਦੀ ਗਰੰਟੀ ਦਾ ਕਾਨੂੰਨ ਬਣਾਵਾਂਗੇ। ਅਤੇ ਸੁਖਪਾਲ ਖਹਿਰਾ ਡਟ ਕੇ ਪੰਜਾਬ ਦੇ ਕਿਸਾਨਾਂ ਦੇ ਹੱਕ 'ਚ, ਦੇਸ਼ ਦੇ ਕਿਸਾਨਾਂ ਦੇ ਹੱਕ 'ਚ ਕੱਲ੍ਹ ਬੋਲੇ। ਡੱਲਾ ਜੀ, ਕੱਲ੍ਹ ਕਿਸਾਨਾਂ ਵੱਲੋਂ ਕਿਸਾਨ ਅੰਦੋਲਨ ਨੂੰ ਲੈ ਕੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ। ਸੋ ਹੁਣ ਭਾਰਤ ਬੰਦ ਤੋਂ ਬਾਅਦ 18 ਫਰਵਰੀ ਨੂੰ ਮੀਟਿੰਗ ਹੋਣੀ ਹੈ ਅਤੇ ਕੀ ਲੱਗਦਾ ਕਿਸ ਤਰ੍ਹਾਂ ਦੇ ਫੈਸਲੇ ਲਏ ਜਾ ਸਕਦੇ ਨੇ 18 ਤਰੀਕ ਨੂੰ ਹੋਣ ਵਾਲੀ ਇਸ ਮੀਟਿੰਗ ਵਿੱਚ? ਦੇਖੋ, ਕੱਲ੍ਹ ਦਾ ਜਿਹੜਾ ਬੰਦ ਰਿਹਾ ਬਹੁਤ ਕਾਮਯਾਬ ਰਿਹਾ। ਕੱਲ੍ਹ ਭਾਰਤੀ ਕਿਸਾਨ ਯੂਨੀਅਨ, ਕੱਲ੍ਹ ਸੰਯੁਕਤ ਕਿਸਾਨ ਮੋਰਚਾ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਸੰਯੁਕਤ ਕਿਸਾਨ ਮੋਰਚਾ ਔਰ ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ, ਇਹ ਸਾਰੀਆਂ ਜਥੇਬੰਦੀਆਂ ਨੇ ਅੰਦੋਲਨ ਚਲਾਇਆ ਔਰ ਕੱਲ੍ਹ SKM ਵੱਲੋਂ ਜਿਹੜਾ ਭਾਰਤ ਬੰਦ ਸੀ ਉਹਨੂੰ ਦੇਸ਼ ਦੇ ਕਈ ਹਿੱਸਿਆਂ 'ਚ ਵੱਡਾ ਸਮਰਥਨ ਮਿਲਿਆ ਔਰ ਪੰਜਾਬ 'ਚ ਇਹ ਬੰਦ ਬਹੁਤ ਜ਼ਿਆਦਾ ਕਾਮਯਾਬ ਰਿਹਾ। ਰੋਡਵੇਜ਼ ਦੀਆਂ ਅਤੇ ਪ੍ਰਾਈਵੇਟ ਬੱਸਾਂ ਬੰਦ ਸੀ, ਬਹੁਤ ਥਾਈਂ ਟੋਲ ਫਰੀ ਕਰਾਏ ਗਏ, ਕਿਸਾਨਾਂ ਨੇ ਸੜਕਾਂ 'ਤੇ ਜਾਮ ਵੀ ਦਿੱਤੇ, ਆਮ ਲੋਕਾਂ ਨੇ ਸਮਰਥਨ 'ਚ ਦੁਕਾਨਾਂ ਬੰਦ ਰੱਖੀਆਂ, ਪੈਟਰੋਲ ਪੰਪਾਂ 'ਤੇ ਪੈਟਰੋਲ ਲੋਕਾਂ ਨੂੰ ਮਿਲਦਾ ਗਿਆ, ਐਮਰਜੈਂਸੀ ਸੇਵਾਵਾਂ ਬਹਾਲ ਸੀ, ਐਂਬੂਲੈਂਸਾਂ ਨੂੰ ਕਿਸੇ ਨੇ ਨਹੀਂ ਰੋਕਿਆ,
ਕਿਸੇ ਦਾ ਵਿਆਹ ਸੀ, ਵਿਦਿਆਰਥੀ ਸੀ, ਕਿਸੇ ਨੂੰ ਨਹੀਂ ਰੋਕਿਆ ਗਿਆ, ਵਿਦੇਸ਼ ਆਉਣ ਜਾਣ ਵਾਲੀਆਂ ਬੱਸਾਂ ਨਹੀਂ ਰੋਕੀਆਂ ਗਈਆਂ। ਕੋਈ ਵੀ ਵਿਅਕਤੀ ਅਗਰ ਕਿਸੇ ਅਹਿਮ ਜ਼ਰੂਰੀ ਕੰਮ ਲਈ ਜਾ ਰਿਹਾ ਸੀ ਤਾਂ ਉਸਨੂੰ ਲਾਂਘਾ ਦਿੱਤਾ ਗਿਆ। ਕੁੱਲ ਮਿਲਾ ਕੇ ਕੱਲ੍ਹ ਦਾ ਬੰਦ ਬਹੁਤ ਕਾਮਯਾਬ ਰਿਹਾ ਔਰ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਸੀ ਕਿ 16 ਤੋਂ ਬਾਅਦ ਹੁਣ 18 ਤਰੀਕ ਨੂੰ ਮੀਟਿੰਗ ਹੋਣੀ ਹੈ। ਹੁਣ 18 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਵੱਡੀ ਮੀਟਿੰਗ ਹੈ ਜਿਹਦੇ 'ਚ ਸੰਯੁਕਤ ਕਿਸਾਨ ਮੋਰਚੇ ਦੀਆਂ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਸ਼ਾਮਲ ਰਹਿਣਗੀਆਂ, ਜਿਹਦੇ 'ਚ ਬਲਬੀਰ ਸਿੰਘ ਰਾਜੇਵਾਲ ਔਰ ਦੂਸਰੇ ਸਾਰੇ ਲੀਡਰ ਮੌਜੂਦ ਰਹਿਣਗੇ। ਉਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਇਸ ਅੰਦੋਲਨ ਬਾਰੇ ਕੀ ਫੈਸਲਾ ਕਰਦਾ, ਕੀ ਸੰਯੁਕਤ ਕਿਸਾਨ ਮੋਰਚਾ ਵੀ ਦਿੱਲੀ ਕੂਚ ਦਾ ਐਲਾਨ ਕਰਦਾ, ਕੀ ਸੰਯੁਕਤ ਕਿਸਾਨ ਮੋਰਚੇ ਦੇ ਡੈਲੀਗੇਸ਼ਨ ਮੈਂਬਰ ਵੀ ਮੰਤਰੀਆਂ ਨਾਲ ਹੋਣ ਵਾਲੀਆਂ ਅਗਲੀਆਂ ਮੀਟਿੰਗਾਂ 'ਚ ਬੈਠਣਗੇ। ਉਂਝ ਐਤਵਾਰ ਨੂੰ ਸ਼ਾਮ ਨੂੰ 5 ਵਜੇ ਇੱਕ ਵਾਰੀ ਫੇਰ ਮੀਟਿੰਗ ਹੈ, ਪਰ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਵੱਡੇ ਅਤੇ ਅਹਿਮ ਫੈਸਲਿਆਂ ਤੋਂ ਬਾਅਦ ਸਥਿਤੀ ਪੂਰੀ ਤਰ੍ਹਾਂ ਨਾਲ ਸਾਫ ਹੋ ਸਕਦੀ ਹੈ। ਡੱਲਾ ਜੀ, ਇਸ ਤਰ੍ਹਾਂ ਦੀਆਂ ਵੀ ਚਰਚਾਵਾਂ ਨੇ ਕਿ ਦੇਸ਼ ਦੇ ਵਿੱਚ ਜਲਦੀ ਹੀ ਜੋ ਹੈ ਚੋਣ ਜ਼ਾਬਤਾ ਲੱਗ ਸਕਦਾ ਹੈ, ਅਜਿਹੇ ਹਾਲਾਤਾਂ ਦੇ ਵਿੱਚ ਹੁਣ ਕੇਂਦਰ ਸਰਕਾਰ ਦੀਆਂ ਮੀਟਿੰਗਸ ਆ ਜਿਹੜਾ ਸਿਲਸਿਲਾ ਅਸੀਂ ਦੇਖ ਰਹੇ ਹਾਂ ਕਿਸਾਨ ਅੰਦੋਲਨ ਨੂੰ ਲੈ ਕੇ, ਕਿਸ ਨਤੀਜੇ ਤੱਕ ਪਹੁੰਚੇਗਾ ਜਾਂ ਫਿਰ ਕਿਸੇ ਨਤੀਜੇ ਵੱਲ ਆਉਂਦਾ ਦਿਖ ਵੀ ਰਿਹਾ ਜਾਂ ਫਿਰ ਜਿਹੜਾ ਕਿਸਾਨ ਅੰਦੋਲਨ ਹੈ ਇਸੇ ਤਰ੍ਹਾਂ ਲਟਕਦਾ ਹੀ ਰਹੂਗਾ, ਕਿਉਂਕਿ ਜਿਹੜੀਆਂ ਸਥਿਤੀਆਂ ਹੁਣ ਬਣੀਆਂ ਹੋਈਆਂ ਨੇ ਸਿਆਸੀ ਤੌਰ 'ਤੇ, ਪੋਲੀਟੀਕਲ ਤੌਰ 'ਤੇ, ਜਾਂ ਆਪਾਂ ਕੇਂਦਰ ਸਰਕਾਰ ਦੀ ਭੂਮਿਕਾ ਦੀ ਗੱਲ ਕਰ ਲਈਏ, ਇਹਨਾਂ ਸਭ ਦੇ ਉੱਪਰ ਕੀ ਤੁਸੀਂ ਕਹਿਣਾ ਚਾਹੋਗੇ, ਕਿਸ ਨਤੀਜੇ ਵੱਲ ਜਾਂਦੇ ਦਿਖ ਰਹੇ ਹੈ, ਚਾਹੇ ਆਪਾਂ ਪੋਲੀਟੀਕਲ ਸਰਗਰਮੀਆਂ ਦੀ ਗੱਲ ਕਰੀਏ, ਚਾਹੇ ਆਪਾਂ ਕਿਸਾਨ ਅੰਦੋਲਨ ਨੂੰ ਵੀ ਦੇਖਦੇ ਹਾਂ। ਹਰਜੋਤ ਜੀ, ਮੈਨੂੰ ਇਹ ਕਾਫੀ ਇਹ ਸੰਭਾਵਨਾ ਲੱਗਦੀ ਹੈ ਕਿ ਅਗਰ ਕਿਸਾਨ ਅੰਦੋਲਨ ਇਸੇ ਤਰ੍ਹਾਂ ਜਾਰੀ ਰਿਹਾ, ਕੇਂਦਰ ਸਰਕਾਰ ਦੇ ਮੰਤਰੀ ਅਤੇ ਕਿਸਾਨਾਂ ਦੇ ਵਿੱਚ ਕੋਈ ਸਹਿਮਤੀ ਨਾ ਬਣੀ ਅਤੇ ਉੱਧਰੋਂ ਚੋਣ ਜ਼ਾਬਤਾ ਲੱਗ ਗਿਆ, ਤਾਂ ਫਿਰ ਸਥਿਤੀ ਵੱਖਰੀ ਬਣ ਸਕਦੀ ਹੈ। ਕੀ ਕਿਸਾਨਾਂ ਦਾ ਅੰਦੋਲਨ ਚੋਣਾਂ ਦੇ ਵਿੱਚ ਵੀ BJP ਦੇ ਵਿਰੋਧ ਦੀ ਦਿਸ਼ਾ ਦੇ ਵਿੱਚ ਚੱਲੇਗਾ, ਜਿਵੇਂ ਪੱਛਮੀ ਬੰਗਾਲ ਦੀਆਂ ਚੋਣਾਂ ਦੇ ਵਿੱਚ ਵੀ ਕਿਸਾਨਾਂ ਨੇ ਵਿਰੋਧ ਕੀਤਾ ਸੀ BJP ਦਾ। ਹੁਣ ਸਵਾਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਮੀਟਿੰਗਾਂ ਤਾਂ ਕਰ ਰਹੇ ਨੇ, ਪਰ ਇੱਕ ਮੀਟਿੰਗ ਤੋਂ ਬਾਅਦ ਅਗਲੀ ਮੀਟਿੰਗ ਦੇ ਵਿੱਚ ਬਹੁਤ ਸਾਰਾ ਵਕਤ, ਹੁਣ ਤੱਕ 3 ਮੀਟਿੰਗਾਂ ਹੋ ਚੁੱਕੀਆਂ ਨੇ, ਹੁਣ ਐਤਵਾਰ ਨੂੰ 4th ਮੀਟਿੰਗ ਹੈ। 8 ਫਰਵਰੀ ਤੋਂ ਸ਼ੁਰੂ ਹੋਇਆ ਮੀਟਿੰਗਾਂ ਦਾ ਸਿਲਸਿਲਾ 18 ਫਰਵਰੀ ਤੱਕ ਪਹੁੰਚ ਜਾਣਾ ਐਤਵਾਰ ਨੂੰ। ਹੁਣ ਸਵਾਲ ਇਹ ਹੈ ਕਿ 10 ਦਿਨਾਂ ਦੇ ਵਿੱਚ ਇਹਨਾਂ ਮੀਟਿੰਗਾਂ ਤੋਂ ਬਾਅਦ ਵੀ ਕਿਸਾਨ ਅੰਦੋਲਨ ਕਿਸੇ ਨਤੀਜੇ 'ਤੇ ਨਹੀਂ ਪਹੁੰਚਿਆ, ਕਿਸਾਨ ਅੰਦੋਲਨ ਉਸੇ ਤਰ੍ਹਾਂ ਬਰਕਰਾਰ ਹੈ ਸ਼ੰਭੂ ਬਾਰਡਰ 'ਤੇ, ਪਰ ਕੀ ਕੇਂਦਰੀ ਸਰਕਾਰ ਦੀ ਇਹ ਨੀਤੀ ਹੈ ਕਿ ਮੀਟਿੰਗਾਂ ਦੇ ਵਿੱਚ ਥੋੜ੍ਹਾ ਥੋੜ੍ਹਾ ਵਕਫਾ ਰੱਖੋ ਤਾਂ ਕਿ ਕਿਸਾਨ ਅੰਦੋਲਨ ਦੀ ਅਸਲ ਤਾਕਤ ਦਾ ਪਤਾ ਲੱਗਦਾ ਰਹੇ? ਕੀ ਕਿਸਾਨ ਅੰਦੋਲਨ ਨੂੰ ਪੱਕੇ ਤੌਰ 'ਤੇ ਸ਼ੰਭੂ ਬਾਰਡਰ ਤੱਕ ਹੀ ਸੀਮਿਤ ਕਰ ਦਿੱਤਾ ਜਾਵੇ? ਇਹ ਵੀ ਨੀਤੀ ਹੈ, ਕਿਉਂਕਿ ਪਤਾ ਲੱਗਿਆ ਕਿ ਹਰਿਆਣਾ ਦੇ ਵਿੱਚ ਕਈ ਥਾਂ ਰੋਕਾਂ ਨੇ, ਫਿਰ ਟਿੱਕਰੀ ਬਾਰਡਰ ਔਰ ਸਿੰਘੂ ਬਾਰਡਰ 'ਤੇ ਵੀ ਬਹੁਤ ਜ਼ਿਆਦਾ ਸਖਤ ਸੁਰੱਖਿਆ ਬੰਦੋਬਸਤ ਨੇ। ਕੀ ਕੇਂਦਰ ਦੀ ਸਰਕਾਰ ਇਸ ਕਿਸਾਨ ਅੰਦੋਲਨ ਨੂੰ ਇੱਕ ਪਾਸੇ ਗੱਲਬਾਤ ਅਤੇ ਦੂਜੇ ਪਾਸੇ ਸਿਰਫ ਪੰਜਾਬ ਤੱਕ ਸੀਮਿਤ ਰੱਖਣਾ ਚਾਹੁੰਦੀ ਹੈ? ਕਿ BJP ਇਹ ਮਹਿਸੂਸ ਕਰ ਚੁੱਕੀ ਹੈ ਕਿ ਪੰਜਾਬ 'ਚ ਸਾਡੀ ਸਥਿਤੀ ਓਨੀ ਚੰਗੀ ਨਹੀਂ, ਅਕਾਲੀ ਦਲ ਨਾਲ ਸਮਝੌਤਾ ਨਹੀਂ ਕਰਨਾ, ਕਿਉਂਕਿ ਹੁਣ ਅਕਾਲੀ ਦਲ ਵੀ ਸਮਝੌਤੇ ਲਈ ਬਹੁਤਾ ਕਾਲਾ ਨਹੀਂ, ਕਿਉਂਕਿ ਕਿਸਾਨ ਮੰਗਾਂ ਕਰਕੇ ਅਕਾਲੀ ਦਲ ਨੇ BJP ਨੂੰ ਛੱਡਿਆ ਸੀ ਅਤੇ ਹੁਣ ਲੜਾਈ ਕਿਸਾਨਾਂ ਦੀ ਇੱਕ ਵਾਰ ਫਿਰ BJP ਨਾਲ ਹੈ। ਜੇ ਇਹਨਾਂ ਹਾਲਾਤਾਂ 'ਚ BJP ਅਤੇ ਅਕਾਲੀ ਦਲ ਦਾ ਸਮਝੌਤਾ ਹੁੰਦਾ ਤਾਂ ਅਕਾਲੀ ਦਲ ਨੂੰ ਫਿਰ ਹੋਰ ਨੁਕਸਾਨ ਹੋ ਸਕਦਾ। ਹੁਣ
ਕੀ 18 ਤਰੀਕ ਦੀ ਮੀਟਿੰਗ ਕਿਸੇ ਨਤੀਜੇ 'ਤੇ ਪਹੁੰਚੇਗੀ ਜਾਂ 18 ਤਰੀਕ ਦੀ ਮੀਟਿੰਗ ਤੋਂ ਬਾਅਦ ਸਰਕਾਰ ਕਿਸੇ ਨਤੀਜੇ 'ਤੇ ਪਹੁੰਚੇਗੀ? ਉਂਝ ਕਈ ਤਰ੍ਹਾਂ ਦੇ ਸਵਾਲ ਨੇ ਕਿ ਸਰਕਾਰ ਇਹ ਸੋਚ ਰਹੀ ਹੈ ਕਿ ਅਗਰ ਅਸੀਂ MSP ਨੂੰ ਕਾਨੂੰਨ ਬਣਾਉਂਦੇ ਹਾਂ ਤਾਂ 17 ਲੱਖ ਕਰੋੜ ਦਾ ਬੋਝ ਪਏਗਾ। ਦੋ ਮੁੱਖ ਮੰਗਾਂ ਨੇ ਜਿਨ੍ਹਾਂ ਕਰਕੇ ਗੱਲ ਬਹੁਤ ਜ਼ਿਆਦਾ ਕਸੂਤੀ ਫਸੀ ਹੋਈ ਹੈ। ਦੂਸਰੀ ਹੈ ਨਰੇਗਾ। ਨਰੇਗਾ ਦੇ ਵਿੱਚ ਅਗਰ 200 ਦਿਨ ਰੁਜ਼ਗਾਰ ਦਿੱਤਾ ਜਾਂਦਾ ਹੈ, ਕੇਂਦਰ ਸਰਕਾਰ ਵੱਲੋਂ ਮੰਗ ਮੰਨ ਲਈ ਜਾਂਦੀ ਹੈ, ਤਾਂ ਨਰੇਗਾ ਦਾ ਬਜਟ ਡਬਲ ਕਰਨਾ ਪਏਗਾ। ਹੁਣ ਗੱਲ ਇਹ ਵੀ ਚੱਲ ਰਹੀ ਹੈ ਕਿ ਸਰਕਾਰ C2 ਪਲੱਸ 50% ਦੇ ਫਾਰਮੂਲੇ 'ਤੇ ਵਿਚਾਰ ਕਰ ਰਹੀ ਹੈ। ਕਿਸਾਨ ਵੀ C2 ਪਲੱਸ 50% ਲਈ ਸਹਿਮਤ ਨੇ। C2 ਪਲੱਸ 50% ਕੀ ਹੈ? ਇਹ ਫਾਰਮੂਲਾ ਕੀ ਹੈ? ਅਸਲ 'ਚ 2006 ਦੀ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਹੈ ਜਿਹੜੀ, ਉਹਦੇ ਮੁਤਾਬਕ ਕਿਸਾਨਾਂ ਦੀ ਕੁੱਲ ਲਾਗਤ, ਜਿੰਨਾ ਉਹਨਾਂ ਦਾ ਜ਼ਮੀਨ ਦਾ ਖਰਚਾ ਹੈ, ਪਰਿਵਾਰ ਲੇਬਰ ਦੇ ਤੌਰ 'ਤੇ ਕੰਮ ਕਰ ਰਿਹਾ ਹੈ, ਬਿਜਲੀ ਦਾ ਖਰਚਾ ਹੈ, ਸਾਰੀਆਂ ਤਰ੍ਹਾਂ ਦੀਆਂ ਲਾਗਤਾਂ C2 ਪਲੱਸ 50% ਦਾ ਫਾਰਮੂਲਾ ਹੈ। ਕਿਸਾਨ ਚਾਹੁੰਦੇ ਨੇ ਕਿ ਸਾਰੀ ਤਰ੍ਹਾਂ ਦੀਆਂ ਲਾਗਤਾਂ ਪਲੱਸ 50% ਦਾ ਲਾਭ, ਇਹਨੂੰ C2 ਫਾਰਮੂਲੇ ਦੇ ਰੂਪ ਦੇ ਵਿੱਚ ਦੇਖਿਆ ਜਾਂਦਾ। ਬਹੁਤ ਸਾਰੇ ਲੋਕ C2 ਫਾਰਮੂਲੇ ਬਾਰੇ ਜਾਣਨਾ ਚਾਹੁੰਦੇ ਸੀ। ਸੋ ਇਹ C2 ਪਲੱਸ 50% ਦਾ ਫਾਰਮੂਲਾ ਹੈ ਕਿ ਕਿਉਂ ਨਾ ਕਿਸਾਨਾਂ ਨੂੰ ਸਾਰੀਆਂ ਲਾਗਤਾਂ ਪਲੱਸ 50% ਦਾ ਲਾਭ ਦਿੱਤਾ ਜਾਵੇ। ਸਵਾਮੀਨਾਥਨ ਦੀ ਰਿਪੋਰਟ ਇਹ ਗੱਲ ਕਹਿੰਦੀ ਸੀ, ਪਰ ਹਜੇ ਤੱਕ ਇਹ ਲਾਗੂ ਨਹੀਂ ਹੋਈ। ਸੋ ਇਸ ਕਰਕੇ ਅਗਰ ਤਾਂ ਚੋਣ ਜ਼ਾਬਤਾ ਲੱਗ ਗਿਆ ਆਉਂਦੇ ਕੁਝ ਦਿਨਾਂ 'ਚ, ਅਤੇ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਕੇਂਦਰ ਸਰਕਾਰ MSP ਦੇ ਕਾਨੂੰਨ 'ਤੇ ਕਿਸੇ ਸਹਿਮਤੀ 'ਤੇ ਨਹੀਂ ਪਹੁੰਚੀ, ਅਤੇ ਫਿਰ ਇਹ ਗੱਲ ਵੋਟਾਂ ਦਰਮਿਆਨ ਵੀ ਕਿਸਾਨਾਂ ਵੱਲੋਂ BJP ਦੇ ਵਿਰੋਧ ਦੇ ਰੂਪ ਦੇ ਵਿੱਚ ਨਜ਼ਰ ਆਏਗੀ। ਅਗਰ ਸਰਕਾਰ MSP ਦੀ ਗਰੰਟੀ ਦਾ ਕਾਨੂੰਨ ਬਣਾਉਣ ਲਈ ਤਿਆਰ ਹੈ, ਤਾਂ ਫਿਰ ਸਰਕਾਰ ਨੂੰ ਸਪੈਸ਼ਲ ਸੈਸ਼ਨ ਪਾਰਲੀਮੈਂਟ ਦਾ ਬੁਲਾਉਣਾ ਪੈਣਾ। ਹੁਣ ਜਦੋਂ ਕਾਂਗਰਸ ਹਮਾਇਤ ਕਰ ਰਹੀ ਹੈ, ਸਾਰੀਆਂ ਵਿਰੋਧੀ ਧਿਰਾਂ ਹਮਾਇਤ ਕਰ ਰਹੀਆਂ ਨੇ, ਤਾਂ ਫਿਰ ਭਾਵੇਂ ਲੋਕ ਸਭਾ ਹੋਵੇ ਭਾਵੇਂ ਰਾਜ ਸਭਾ, ਜਿਵੇਂ ਔਰਤਾਂ ਦੀ ਰਾਖਵਾਂ ਕਰਨ ਦਾ ਬਿੱਲ ਪਾਸ ਹੋਇਆ, ਇਸੇ ਤਰ੍ਹਾਂ ਫਿਰ MSP ਦੀ ਗਰੰਟੀ ਦਾ ਕਾਨੂੰਨ ਵੀ ਸਰਬਸੰਮਤੀ ਨਾਲ ਪਾਸ ਹੋ ਸਕਦਾ ਹੈ, ਪਰ ਉਹਦੇ ਲਈ ਸਪੈਸ਼ਲ ਸੈਸ਼ਨ ਭਾਰਤ ਸਰਕਾਰ ਨੂੰ ਬੁਲਾਉਣਾ ਪਏਗਾ। ਹੁਣ ਉਹਦੇ ਲਈ ਅਸੀਂ ਇੰਤਜ਼ਾਰ ਕਰਾਂਗੇ ਕਿ ਕੀ ਭਾਰਤ ਦੀ ਸਰਕਾਰ MSP ਨੂੰ ਗਰੰਟੀ ਦੇ ਕਾਨੂੰਨ ਦੇ ਤੌਰ 'ਤੇ ਮਨਜ਼ੂਰੀ ਦੇਣ ਲਈ ਤਿਆਰ ਹੈ ਜਾਂ ਨਹੀਂ। ਇਹਦੇ 'ਤੇ ਨਿਰਭਰ ਕਰੇਗਾ ਕਿ ਕੀ ਸਰਕਾਰ ਪਹਿਲਾਂ ਕਿਸੇ ਫੈਸਲੇ 'ਤੇ ਪਹੁੰਚਦੀ ਹੈ ਜਾਂ ਭਾਰਤੀ ਚੋਣ ਕਮਿਸ਼ਨ ਪਹਿਲਾਂ ਕਿਸੇ ਫੈਸਲੇ 'ਤੇ ਪਹੁੰਚਦਾ। ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ। ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ। ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ।